ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਪ੍ਰਾਈਮ ਏਸ਼ੀਆ ਟੀਵੀ ਤੇ ਤੁਹਾਡਾ ਸਾਰਿਆਂ ਦਾ ਹਰ ਰੋਜ਼ ਦੀ ਤਰ੍ਹਾਂ ਸਵਾਗਤ ਹੈ। ਤੇ ਅੱਜ ਫੇਰ ਤੋਂ ਅਸੀਂ ਸੋਫਿਆਂ ਦੇ ਉੱਪਰ ਬੈਠ ਗਏ ਆ, ਤੇ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਵੀ ਅੱਜ ਵੀ ਇੱਕ ਅਸੀਂ ਖਾਸ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸੋ ਖਾਸੀਅਤ ਕੀ ਹੈ ਇਹ ਤਾਂ ਹਰ ਵਾਰ ਦੀ ਤਰ੍ਹਾਂ ਸਰਦਾਰ ਸਵਰਨ ਸਿੰਘ ਟਹਿਣਾ ਹੋਰੀ ਦੱਸਣਗੇ। ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆ। ਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਬਹੁਤ ਵਧੀਆ ਜੀ, ਚੜ੍ਹਦੀ ਕਲਾ ਜ਼ਿੰਦਾਬਾਦ। ਅੱਜ ਫੇਰ ਤੋਂ ਸੋਫਿਆਂ ਦੇ ਉੱਪਰ ਬਿਰਾਜਮਾਨ। ਬਿਲਕੁਲ ਜੀ, ਸੋਫਿਆਂ ਦੇ ਉੱਤੇ ਬੈਠਣ ਦਾ ਮਤਲਬ ਹੀ ਇੱਕ ਰਹਿ ਗਿਆ ਵੀ ਅੱਜ ਕੋਈ ਫਨਕਾਰ ਕਲਾਕਾਰ ਵੀ ਅੱਜ ਸਾਡੇ ਪਹੁੰਚੀ ਆ। ਅੱਜ ਸਾਡੇ ਵਿਹੜੇ ਮਹਿਮਾਨ ਆਏ ਨੇ। ਬਿਲਕੁਲ ਜੀ, ਹੈ ਨਾ, ਅੱਜ ਸਾਡੇ ਵਿਹੜੇ ਮਹਿਮਾਨ ਆਏ ਆ ਜੀ। ਮਹਿਮਾਨ ਨਵਾਜ਼ੀ ਅਸੀਂ ਕੈਮਰੇ ਦੇ ਪਿੱਛੇ ਕਰਾਉਨੇ ਆ ਜੀ, ਤੇ ਗੱਲਾਂ ਬਾਤਾਂ ਅਸੀਂ ਕੈਮਰੇ ਦੇ ਸਾਹਮਣੇ ਕਰ ਲੈਨੇ ਆ। ਬਿਲਕੁਲ, ਜਿਹੜੇ ਅੱਜ ਫਨਕਾਰ ਆਏ ਆ ਨਾ, ਇਹ ਮੈਨੂੰ ਬੜੀ ਚੰਗੀ ਲੱਗੀ ਗੱਲ ਇਸ ਕਰਕੇ ਕਿਉਂਕਿ ਨਵੇਂ ਪੂਰ ਦੇ ਕਲਾਕਾਰਾਂ ਚੋਂ ਇੱਕ ਆ। ਨਵੇਂ ਪੂਰ ਦੇ ਕਲਾਕਾਰਾਂ ਚੋਂ ਇੱਕ ਨੇ ਤੇ ਬਹੁਤ ਸੁਰੀਲੇ ਨੇ ਤੇ ਬਹੁਤ ਸੋਹਣਾ ਗਾਉਂਦੇ ਨੇ। ਪੰਜਾਬ ਦੇ ਵਿੱਚ ਸੁਰੀਲਿਆਂ ਦੀ ਗਿਣਤੀ ਘਟੀ ਜਾਂਦੀ ਹੈ, ਛੋਰੇਲਿਆਂ ਦੀ ਵੱਧਦੀ ਹੈ। ਛੋਰੀਲੇ ਹੋਣਾ ਤੇ ਸੁਰੀਲੇ ਹੋਣਾ ਇਹ ਵੱਖਰੀ ਗੱਲ ਆ। ਜ਼ਮਾਨਾ ਕੰਪਿਊਟਰ ਦਾ, ਸੁਰਤਾਂ ਨੂੰ ਕਰ ਲਓ, ਠਾਂ ਨੂੰ ਕਰ ਲਓ, ਮਿੰਟ ਸਕਿੰਟ ਦਾ ਕੰਮ ਆ। ਆਟੋ ਟਿਊਨ ਜੀ ਲਾ ਕੇ ਮੇਰੇ ਵਰਗਾ ਬੌਂਗੜ ਜਾ ਵੀ ਵਧੀਆ ਗਾਉਣ ਲੱਗ ਜਾਂਦਾ, ਪਰ ਜੇਕਰ ਬੰਦਾ ਸੱਚੀ ਮੁੱਚੀ ਵਧੀਆ ਗਾਉਂਦਾ ਹੋਵੇ ਤਾਂ ਉਹਦੀ ਕਦਰ ਕਰਨੀ ਚਾਹੀਦੀ ਹੈ। ਵੈਸੇ ਨਾ ਇੱਕ ਸ਼ੇਰ ਇੱਥੇ ਟੁੱਕਦਾ ਵੀ ਭੁੱਖੇ ਲੋਕਾਂ ਰੱਜ ਕੇ ਸਿਦਕ ਨਿਭਾਏ ਨੇ ਤੇ ਰੱਜੇ ਲੋਕਾਂ ਰੱਜ ਕੇ ਭੁੱਖ ਖਿਲਾਰੀ ਹੈ। ਜਿਹੜੇ ਭੁੱਖੇ ਆ ਉਹਨਾਂ ਨੂੰ ਅਸੀਂ ਰਜਾਉਂਦੇ ਨੀ, ਭਾਵੇਂ ਜਿੰਨਾ ਮਰਜ਼ੀ ਚੰਗਾ ਗਾਈ ਜਾਣ। ਜਿਹੜੇ ਰੱਜੇ ਆ ਉਹਨਾਂ ਨੇ 10 ਲੱਖ ਰੁਪਇਆ ਮੰਗਣਾ ਹੁੰਦਾ 2 ਘੰਟਿਆਂ ਦਾ, ਤੇ 3600 ਸਿਫਾਰਿਸ਼ ਪਵਾਉਣ ਨੇ ਵੀ ਕਿਤੇ 8 ਹੀ ਕਰ ਲੈਣ। ਇਸ ਕਰਕੇ ਚੰਗੇ ਲੋਕਾਂ ਦੀ ਕਦਰ ਕਰੀਏ ਤਾਂ ਚੰਗਿਆਈ ਅੱਗੇ ਵਧੂਗੀ ਤੇ ਬੁਰਾਈ ਦਾ ਬੀਜ ਨਾਸ਼ ਹੋਊਗਾ। ਜਿਹੜੇ ਕਲਾਕਾਰ ਆਏ ਸੱਚੀ ਮੁੱਚੀ ਕਮਾਲ ਆ। ਚੜ੍ਹਦੀ ਉਮਰ ਹੈ, 1 26 ਵਰਿਆਂ ਦਾ, 1 21ਆਂ ਦਾ। ਅਖਤਰ ਭਰਾ ਕਹਿੰਦੇ ਆ ਮਾਇਆ ਨਗਰੀ ਦੇ ਵਿੱਚ, ਉਹਨਾਂ ਨੂੰ ਅਖਤਰ ਬਰੋ ਕਹਿੰਦੇ ਆ, ਪਰ ਮੈਂ ਭਰਾ ਕਹਿੰਦਾ ਜੀ। ਇਸ ਕਰਕੇ ਜਿਹੜੇ ਬਰੋ ਨੇ ਨਾ ਉਹ ਬੜੇ ਚੰਗੇ ਆ। ਮੈਂ ਗੱਲਾਂ ਬਾਤਾਂ ਕੀਤੀਆਂ ਜਦੋਂ ਮੈਨੂੰ ਸੱਚੀ ਮੁੱਚੀ ਹਮਖਿਆਲੀ ਲੱਗੇ ਆ। ਵਾਕਈ ਉਹਨਾਂ ਨਾਲ ਗੱਲਬਾਤ ਕਰਕੇ ਐਂ ਲੱਗਿਆ ਜਿਵੇਂ ਅਸੀਂ ਅਸਲ ਦੇ ਵਿੱਚ ਘਰ ਪਰਿਵਾਰ 'ਚ ਬੈਠੇ ਆ ਤੇ ਆਪਣੇ ਭਰਾਵਾਂ ਦੇ ਨਾਲ ਗੱਲਬਾਤ ਕਰ ਰਹੇ ਆ। ਉਹਨਾਂ ਦੇ ਕੋਲੋਂ ਗਾਇਕੀ ਦੇ ਗੁਰ ਵੀ ਸੁਣਨੇ ਆ ਜੀ, ਉਹਨਾਂ ਨੇ ਸਿੱਖਿਆ ਕਿੱਥੋਂ ਆ, ਮਾੜਾ ਮੋਟਾ ਸਾਨੂੰ ਵੀ ਸਿਖਾ ਜਾਣ। ਉਹਨਾਂ ਦਾ ਸੰਘਰਸ਼ ਦਾ ਸਫ਼ਰ ਵੀ ਅਸੀਂ ਸੁਣਨਾ ਜੀ, ਉਹਨਾਂ ਨੂੰ ਪਿਤਾ ਪੁਰਖੀ ਗਾਇਕੀ ਹੈ ਜਿਹੜੀ ਉਹ ਵਿਰਸੇ ਦੇ ਵਿੱਚ ਮਿਲੀ ਆ, ਇਹ ਤਾਂ ਪੁੱਛਣਾ ਪੁੱਛਣਾ। ਇੱਕ ਜਣੇ ਨੂੰ ਪੁੱਛਣਾ ਵੀ ਵਾਲਾਂ ਦਾ ਸਟਾਈਲ ਕਿਵੇਂ ਬਣਾਇਆ। ਇਹ ਤੇ ਹੋ ਸਕਦਾ ਹੈ ਕਿ ਆਉਣ ਵਾਲੀਆਂ ਕਿਸ਼ਤਾਂ ਦੇ ਵਿੱਚ ਤੁਸੀਂ ਵੇਖੋ ਕਿ ਸਵਰਨ ਸਿੰਘ ਟਹਿਣਾ ਹੋਰੀ ਵੀ ਉਹਨਾਂ ਸਟਾਈਲਸ ਦੇ ਵਿੱਚ। ਨਹੀਂ, ਮੈਂ ਐਦਾਂ ਤਾਂ ਨਹੀਂ ਕਰ ਸਕਦਾ, ਪਰ ਮੈਂ ਸੁਣਨਾ ਜ਼ਰੂਰ ਆ। ਸ਼ਹਿਨਾਜ਼ ਅਖਤਰ ਉਹਨੇ ਸਾਡੇ ਨਾਲ ਬਹੁਤ ਸਾਰੀਆਂ ਗੱਲਾਂ ਕੀਤੀਆਂ ਤੇ ਸਾਹਿਲ ਹਾਲੇ ਤੱਕ ਚੁੱਪ ਹੈ। ਸ਼ਾਇਦ ਉਹ ਆਪਣੀ ਚੁੱਪ ਤੋੜੇ, ਸ਼ਾਇਦ ਉਹ ਬਾ ਕਮਾਲ ਤਰੀਕੇ ਨਾਲ ਤੋੜੇ, ਦੇਖਦੇ ਆ ਗੱਲਬਾਤ ਤੋਂ ਪਤਾ ਲੱਗੂਗਾ। ਪਰ ਤੱਕ ਨੂੰ ਪ੍ਰਮਾਣ ਕਾਦਾ, ਗੱਲਬਾਤ ਕਰਕੇ ਚਲੋ ਜੀ। ਬਹੁਤ ਬਹੁਤ ਸਵਾਗਤ ਹੈ ਜੀ ਸ਼ਹਿਨਾਜ਼ ਜੀ ਤੇ ਸਾਹਿਲ ਜੀ ਤੁਹਾਡਾ, ਜੀ ਆਇਆਂ ਨੂੰ ਚੱਜ ਦਾ ਵਿਚਾਰ ਪ੍ਰੋਗਰਾਮ ਦੇ। ਥੈਂਕ ਯੂ ਸੋ ਮਚ। ਪ੍ਰਾਈਮ ਏਸ਼ੀਆ ਦੇਖ ਰਹੇ ਸਾਰੇ ਦਰਸ਼ਕਾਂ ਨੂੰ, ਸਾਡੇ ਦੋਨਾਂ ਭਰਾਵਾਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਸਲਾਮੁ ਅਲੈਕੁਮ ਆਦਾਬ ਜੀ। ਥੈਂਕ ਯੂ ਸੋ ਮਚ ਭਾਜੀ ਸਾਨੂੰ ਆਪਣਾ ਪ੍ਰੀਸ਼ੀਅਸ ਟਾਈਮ ਦੇਣ ਦੇ ਲਈ। ਨਹੀਂ ਨਹੀਂ, ਤੁਸੀਂ ਇਸ ਦੇ ਹੱਕਦਾਰ ਹੋ ਜੀ, ਤੁਸੀਂ ਚੰਗਾ ਗਾਉਂਦੇ ਹੋ ਤੇ ਚੰਗਾ ਗਾਉਣ ਵਾਲਿਆਂ ਨੂੰ ਤਾਂ ਅਸੀਂ ਲੱਭ ਲੱਭ ਕੇ ਲਿਆਉਂਦੇ ਹਾਂ। ਮਿਹਰਬਾਨੀ। ਤੇ ਜਿਹੜਾ ਚੰਗਾ ਨਹੀਂ ਗਾਉਂਦਾ ਉਹ ਸਾਨੂੰ ਲੱਭਦਾ, ਅਸੀਂ ਲੁੱਕ ਜਾਂਦੇ ਹਾਂ। ਤੇ ਅਸੀਂ ਨਾ ਦਰਸ਼ਕਾਂ ਨੂੰ ਦੱਸਣਾ ਤਾਂ ਕੀ ਆ, ਸਾਰੇ ਜਾਣਦੇ ਹੀ ਆ ਵੀ ਜਿਹੜਾ ਇੱਕ ਰੰਗ ਬਿਰੰਗਾ ਚੈਨਲ ਆ ਕਲਰਸ ਟੀਵੀ, ਤੇ ਉਹਦੇ ਉੱਤੇ ਇਹਨਾਂ ਨੇ ਰਾਈਜ਼ਿੰਗ ਸਟਾਰ ਜਿਹਨੂੰ ਚਮਕਦੇ ਸਿਤਾਰੇ ਕਹਿੰਦੇ ਆ ਉਹਦੇ ਵਿੱਚ ਭਾਗ ਲਿਆ। ਉਹਦੇ ਵਿੱਚ ਇਹ ਅੰਤਲੇ ਮੁਕਾਮ ਤੱਕ ਪਹੁੰਚ ਗਏ ਸੀ ਜੀ, ਤੇ ਇਹਨਾਂ ਨੇ 3ਜੇ ਨੰਬਰ ਦੇ ਉੱਤੇ ਆ ਕੇ ਤੇ ਆਪਣੀ ਗੂੜੀ ਪਛਾਣ ਕੀਤੀ। ਬਿਲਕੁਲ, ਹਿੰਦੀ ਫਿਲਮਾਂ ਦੇ ਵਿੱਚ ਹੁਣ ਇਹਨਾਂ ਦੇ ਗੀਤ ਆ ਰਹੇ ਆ ਜੀ। ਜਿਹੜੇ ਜਿਹੜੇ ਕਲਾਕਾਰ ਅਸੀਂ ਬਾਲੀਵੁੱਡ ਦੇ ਮਹਾਨ ਮੰਨਦੇ ਆ ਉਹਨਾਂ ਦੇ ਨਾਲ ਇਹ ਚਾਹ ਪਾਣੀ ਪੀਂਦੇ ਆ। ਵਾਹ, ਵਧੀਆ ਗੱਲ ਆ। ਇਹ ਦੱਸੋ ਵੀ ਸ਼ਹਿਨਾਜ਼ ਜੀ ਜ਼ਿੰਦਗੀ ਕਿਵੇਂ ਚੱਲਦੀ ਆ ਇਸ ਉਮਰ ਦੇ ਵਿੱਚ? ਵੈਸੇ ਸੋਹਣੀ ਚੱਲਦੀ ਹੁੰਦੀ ਆ। ਹਾਂਜੀ, ਜ਼ਿੰਦਗੀ ਜੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਪਰਮਾਤਮਾ ਦੀ ਮਿਹਰ ਆ ਜੀ, ਪਰਿਵਾਰ ਦੀ ਮਿਹਰ ਆ ਜੀ ਸਾਡੇ ਤੇ। ਵਾਹ ਵਾਹ, ਤੇ ਬਹੁਤ ਵਧੀਆ ਜ਼ਿੰਦਗੀ ਚੱਲਦੀ ਹੈ ਜੀ। ਤੁਹਾਡਾ ਘਰਾਣਾ ਬਹੁਤ ਮਹਾਨ ਆ। ਹਾਂਜੀ, ਕੀੜੇ ਖਾਨ ਸ਼ੌਕੀਨ ਜੀ ਜੀ ਦਾ ਘਰਾਣਾ ਗਾਇਕੀ ਦਾ ਜੀ ਬਾ ਕਮਾਲ ਆ ਜੀ। ਤੁਹਾਡੇ ਜਿਹੜੇ ਦਿਲਸ਼ਾਦ ਅਖਤਰ ਹੋਰੀ ਜੀ, ਸਾਡੇ ਮਨਪ੍ਰੀਤ ਅਖਤਰ ਜੀ ਜੀ ਜੀ, ਸੰਦੀਪ ਅਖਤਰ ਹੋਰੀ ਜੀ, ਤੁਹਾਡੇ ਭੈਣ ਜੀ ਜਿਹੜੇ ਗੁਰਲੇਜ਼ ਅਖਤਰ ਹੋਰੀ, ਇਹਨਾਂ ਸਾਰਿਆਂ ਨੇ ਇੱਕ ਵੱਖਰਾ ਮੁਕਾਮ ਗਾਇਕੀ ਦੇ ਵਿੱਚ ਬਣਾਇਆ ਜੀ ਜੀ। ਕੀ ਤੁਸੀਂ ਵੀ ਉਸ ਮੁਕਾਮ ਤੱਕ ਹੀ ਪਹੁੰਚਣਾ ਚਾਹੁੰਦੇ ਹੋ ਜਾਂ ਕੋਈ ਵੱਖਰੀ ਲੀਹ ਪਾਉਣੀ ਚਾਹੁੰਦੇ ਹੋ? ਉਹਨਾਂ ਨੇ ਇੱਕ ਮੁਕਾਮ ਸੈੱਟ ਕੀਤਾ ਜੀ, ਅਤੇ ਅਸੀਂ ਮਿਹਨਤ ਕਰ ਰਹੇ ਹਾਂ ਦੋਨੇ ਭਰਾ। ਐਂਡ ਵੈਸੇ ਓਨੈਸਟਲੀ ਦੱਸਾਂ ਤਾਂ ਮੇਰਾ ਕੁਛ ਇੰਨਾ ਰੁਝਾਨ ਨਹੀਂ ਹੈਗਾ ਜਿਵੇਂ
उन्होंने एक जी दमदार गायकी जी होंगी है ना, एक मदानी गायकी जी उन्होंने अपना लोहा समाया एक दे जोर वाली। तो मैं भी कोशिश करना कद कद जब कद मूड चा जी योजा कुछ गाने की, लेकिन जो मेरा जो परसनल जो इंट्रस्ट है वह ज़्यादा हिंदी गाने वाला बॉलीवुड वाला। अच्छा। जी हाँ जी। तो परिवार का जोड़ा नाम है तो बस एक दुआ परमात्मा अगे कि वो होर असी वधाइए तो उन्नी मेहनत असं कर रहे हैं तो परमात्मा उसमें फल ला रहे हैं और अगे भी लाते रहने। तुम छबिया दौ साहिल जी, तुम एक दौ ਇਹਦਾ ਮਤਲਬ ਘਰ ਦੇ ਵਿੱਚ ਡਿੰਗੜ ਡਿੰਗੜ ਥੋੜੇ ਤੇ ਵੱਧ ਹੁੰਦੀ ਹੋਣੀ, ਮਾੜੀ ਮੋਟੀ ਮਿੱਟੀ ਝਾੜ ਦਿੰਦੇ ਵੱਡੇ ਹੁਣ ਕਰਕੇ ਤੇ ਨਹੀਂ? ਹਾਂਜੀ ਝਾੜ ਦਿੰਦੇ। ਤੇ ਉਹ ਹੱਸ ਕੇ ਕਬੂਲ ਕਰ ਲੈਂਦੇ ਕਿ ਮਜਬੂਰੀ 'ਚ? ਮਜਬੂਰੀ ਹੁੰਦੀ ਹੈ, ਹੱਸ ਕੇ ਕੌਣ ਕਬੂਲ ਕਰਦਾ ਜੀ। ਮੈਂ ਹੱਸ ਕੇ ਕਰ ਲਾਂਗੀ ਕਈ ਵਾਰੀ, ਕਈ ਵਾਰੀ ਮੈਨੂੰ ਇੱਦਾਂ ਲੱਗਦਾ ਵੀ ਇੱਥੇ ਮੈਂ ਸਹੀ ਹਾਂ। ਮੈਂ ਜਿੰਨੀ ਦੇਰ ਮੈਨੂੰ ਹੋ ਗਈ ਤੁਹਾਡੇ ਨਾਲ ਗੱਲਬਾਤ ਕਰਦਿਆਂ, ਤੁਹਾਡੇ ਨਾਲ ਬੈਠ ਕੇ ਚਾਹ ਪਾਣੀ ਪੀਂਦਿਆਂ, ਮੈਨੂੰ ਬਿਲਕੁਲ ਨਹੀਂ ਲੱਗਿਆ, ਮੈਨੂੰ ਐ ਲੱਗਿਆ ਵੀ ਥੋੜਾ ਸਿਆਣਾ ਸ਼ਰਾਰਤੀ ਹਾਂ। ਇਹਨਾਂ ਦੇ ਨਾਲ ਮੇਰਾ ਮਾੜਾ ਮੋਟਾ ਮਿਲਦਾ ਕਰੂਰਾ, ਤੁਹਾਡੇ ਨਾਲ ਬਿਲਕੁਲ ਭਿੰਨਤਾ, ਇਹ ਕੋਈ ਬਣਵਾਏ ਆ ਕਿ ਕੁਦਰਤੀ ਆ? ਨੈਚੁਰਲ ਹੈ ਜੀ। ਅੱਛਾ, ਵਾਹ ਵਾਹ ਵਾਹ। ਤੇ ਇਹਨਾਂ ਨੂੰ ਕੋਈ ਅੰਦਾਜ਼ ਖਾਸ ਸਟਾਈਲ ਵੀ ਕਹਿੰਦੇ ਕਿ ਉਦਾਂ ਕੁਛ ਹੁੰਦਾ ਇਹ? ਵਧਾਈ ਜਾਓ ਜੀ, ਬਸ ਸਟਾਈਲ ਬਣ ਗਿਆ। ਅੱਛਾ, ਹੋਰ ਉਹ ਸਟਾਈਲ ਬਣ ਜਾਂਦਾ ਜੀ, ਹੁਣੇ ਮੈਂ 4-5 ਦਿਨ ਹੁਣੇ ਕਟਾਏ ਨੇ। ਅੱਛਾ, ਪਹਿਲਾਂ ਜ਼ਿਆਦਾ ਵੱਡੇ ਸੀਗੇ। ਅੱਛਾ, ਉਦੋਂ ਫਿਰ ਵੱਡਾ ਸਟਾਈਲ ਸੀ? ਦੇਖੋ ਮੈਨੂੰ ਬੜਾ ਅਫਸੋਸ ਹੋ ਰਿਹਾ ਹੈ ਕਿ ਇਹਨਾਂ ਦੇ ਦਿਲ ਦੇ ਵਿੱਚ ਤਾਂਘ ਸੀ ਵੀ ਮੈਂ ਉਹ ਪਤਾ ਕਰਨਾ ਵੀ ਕਿਸ ਤਰੀਕੇ ਨਾਲ ਹੇਅਰ ਸਟਾਈਲ ਬਣਾਇਆ, ਪਰ ਉਹ ਕੁਦਰਤੀ ਹੈ, ਉਹਦੇ ਤੇ ਤੁਸੀਂ ਕੁਛ ਨਹੀਂ ਹੋ ਸਕਦੇ। ਤੁਸੀਂ ਹੇਅਰ ਸਟਾਈਲ ਕਿਹਾ ਨਾ, ਕਈ ਬੰਦਿਆਂ ਨੂੰ ਪਤਾ ਨਹੀਂ ਹੁੰਦਾ ਵੀ ਅੰਗਰੇਜ਼ੀ ਦੇ ਵਿੱਚ ਵੀ ਉਹਦਾ ਉਹੀ ਅਰਥ ਹੈ, ਪੰਜਾਬੀ 'ਚ ਵੀ ਕਹਿਣਗੇ ਮੈਂ ਆਪਣੇ ਵਾਲਾਂ ਦਾ ਹੇਅਰ ਸਟਾਈਲ ਬਣਾ ਲੈਣਾ, ਉਹ ਭਰਾਵਾ ਉਹੀ ਹੁੰਦਾ। ਖੈਰ, ਆਪਾਂ ਨਾ ਗੱਲਾਂ ਬਾਤਾਂ ਜਾਰੀ ਰੱਖਣੀਆਂ ਤੇ ਸ਼ੁਰੂਆਤ ਦੇ ਵਿੱਚ ਜੇਕਰ ਇੱਕ ਗੀਤ ਹੋ ਜੇ ਤਾਂ ਉਹਦੇ ਵਰਗੀ ਰੀਸ ਕੋਈ ਹੋ ਜੇ ਫਿਰ? ਜੀ ਬਿਲਕੁਲ ਜੀ, ਸਾਡਾ ਹੁਣੀ ਸੂਰਮਾ ਮੂਵੀ ਦੇ ਵਿੱਚ ਜਿਹੜਾ ਗਾਣਾ ਹੈ, ਬਿਲਕੁਲ ਜਿਹੜਾ ਸੂਰਮਾ ਹਿੰਦੀ ਫਿਲਮ ਆਈ ਆ ਉਹਦੇ ਵਿੱਚ ਦਿਲਜੀਤ ਨੇ ਗਾਇਆ ਜੀ, ਤੇ ਦਿਲਜੀਤ ਦੇ ਉੱਤੇ ਫਿਲਮ ਆਇਆ ਅਸਲ ਦੇ ਵਿੱਚ ਇਹਨਾਂ ਨੇ ਗਾਇਆ, ਤੇ ਇਹ ਫਿਲਮ ਆ ਜਿਹੜੀ ਉਹ ਸੰਦੀਪ ਸਿੰਘ ਹਾਕੀ ਦਾ ਖਿਡਾਰੀ ਆ ਜਿਹੜਾ ਉਹਦੇ ਜ਼ਿੰਦਗੀ ਨਾਮੇ ਦੇ ਉੱਤੇ ਆਧਾਰਿਤ ਆ ਜੀ। ਤੇ ਉਹਦਾ ਇੱਕ ਗਾਣਾ ਤੁਹਾਨੂੰ ਸੁਣਾਉਂਦੇ ਜੀ, ਹਾਕੀ ਦੇ ਉੱਪਰ ਹੀ ਗਾਣਾ ਜੀ। ਹੋ ਲੜ ਜਾ ਕਾਕੇ ਕੱਲ ਤੇਰਾ ਹੈ, ਜੀਨੇ ਵਾਲਾ ਬਲ ਤੇਰਾ ਹੈ, ਹੋ ਕਰ ਜਾ ਜੋ ਵੀ ਕਰ ਜਾਣਾ ਹੈ, ਆਨੇ ਵਾਲਾ ਕੱਲ ਤੇਰਾ ਹੈ, ਹੱਥ ਲਗੇ ਜੋ ਹਾਕੀ ਗੋਲ ਬਾਲ ਇੱਕ ਬਾਕੀ, ਕੀ ਕੀਤਾ ਜੇ ਦਿਲ ਨੇ ਫੇਰ ਵੀ ਗੋਲ ਨਾ ਕੀਤਾ ਵੇ, ਹੱਥ ਲਗੇ ਜੋ ਹਾਕੀ ਗੋਲ ਬਾਲ ਇੱਕ ਬਾਕੀ, ਕੀ ਕੀਤਾ ਜੇ ਦਿਲ ਨੇ ਫੇਰ ਵੀ ਗੋਲ ਨਾ ਕੀਤਾ ਵੇ, ਇੱਕ ਵਾਰੀ ਗੋਲ ਕਰ ਦੇ ਦਿਲ ਭਰ ਦੇ, ਡਿੰਗ 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 ਫਲਿੱਕਰ ਸਿੰਘ, ਡਿੰਗ 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 ਫਲਿੱਕਰ ਸਿੰਘ, ਉਹ ਫਲਿੱਕਰ ਸਿੰਘ ਫਲਿੱਕਰ ਸਿੰਘ ਸਾਡਾ ਹਾਕੀ ਦਾ ਉਹ ਕਿੰਗ, ਫਲਿੱਕਰ ਸਿੰਘ ਫਲਿੱਕਰ ਸਿੰਘ ਹਾਕੀ ਦਾ ਉਹ ਕਿੰਗ, ਉਹ ਫਲਿੱਕਰ ਸਿੰਘ ਫਲਿੱਕਰ ਸਿੰਘ ਸਾਡਾ ਹਾਕੀ ਦਾ ਉਹ ਕਿੰਗ, ਫਲਿੱਕਰ ਸਿੰਘ ਫਲਿੱਕਰ ਸਿੰਘ ਹਾਕੀ ਦਾ ਉਹ ਕਿੰਗ। ਵਾਹ ਵਾਹ, ਕੀ ਬਾਤ ਹੈ, ਬਹੁਤ ਮੈਨੂੰ ਇਉਂ ਲੱਗਿਆ ਵੀ ਕਿਸੇ ਗਾਇਕੀ ਦੇ ਸਟੂਡੀਓ ਦੇ ਵਿੱਚ ਬੈਠ ਕੇ ਮੈਂ ਸੁਣ ਰਿਹਾ, ਆਨੰਦ ਮਾਣ ਰਿਹਾ। ਬਹੁਤ ਮਜ਼ਾ ਆਇਆ, ਬਹੁਤ ਖੂਬਸੂਰਤ ਤੁਹਾਡੀ ਆਵਾਜ਼ ਹੈ। ਮੈਂ ਜਿਹੜੀ ਭੂਮਿਕਾ ਬੰਨੀ ਸੀ ਨਾ ਜੀ, ਮੈਨੂੰ ਇਸ ਗੱਲ ਦੀ ਬੜੀ ਤਸੱਲੀ ਹੈ ਵੀ ਭੂਮਿਕਾ ਸਹੀ ਬੰਨੀ। ਤੁਹਾਡੀ ਆਵਾਜ਼ ਦਾ ਜਿਹੜਾ ਇੱਕ ਟੈਕਸਚਰ ਹੈ, ਜਿਹੜਾ ਇੱਕ ਪਰਮਾਤਮਾ ਵੱਲੋਂ ਬਖਸ਼ਿਆ ਹੋਇਆ ਜਿਹੜਾ ਤੁਹਾਨੂੰ ਗੁਣ ਹੈ, ਉਹ ਬਹੁਤ ਵੱਖਰਾ ਹੈ, ਬਹੁਤ ਜ਼ਿਆਦਾ ਸੋਹਣਾ ਹੈ। ਤੇ ਕਿੰਨੇ ਘੰਟੇ ਰਿਆਜ਼ ਕਰਦੇ ਹੋ ਹਰ ਰੋਜ਼? ਰਿਆਜ਼ ਤਾਂ ਜੀ ਦੇਖੋ ਇੱਦਾਂ ਵੀ ਨਹੀਂ ਵੀ ਪੂਰਾ ਦਿਨ ਰਿਆਜ਼ ਕਰਨਾ, ਜਿੱਦਾਂ ਸਵੇਰੇ ਉੱਠ ਕੇ ਰਿਆਜ਼ ਕਰਨਾ ਹੀ ਕਰਨਾ ਇਹ ਤਾਂ ਹੈ। ਬਾਕੀ ਜਿੱਦਾਂ ਅਸੀਂ ਘਰੇ ਵੀ ਸਾਰੇ ਇੱਕ ਗਾਉਣ ਵਜਾਉਣ ਦਾ ਮਾਹੌਲ ਆ,
ਕੱਲਾ ਗਾਉਣਾ ਰਿਆਜ਼ ਨਹੀਂ ਮੰਨਦੇ ਅਸੀਂ, ਸੁਣਨਾ ਵੀ ਰਿਆਜ਼ ਹੈ ਜੀ, ਸਿੱਖਣਾ ਸਿੱਖਣਾ ਸਭ ਤੋਂ ਵੱਡਾ ਰਿਆਜ਼ ਹੈ, ਉਹਨੂੰ ਅਪਲਾਈ ਕਰਨਾ ਤਾਂ ਥੋੜੇ ਤੇ ਡਿਪੈਂਡ ਹੈ, ਤੁਸੀਂ ਅੱਧੇ ਘੰਟੇ 'ਚ ਵੀ ਸਿੱਖ ਸਕਦੇ ਹੋ, ਪੰਜ ਮਿੰਟ 'ਚ ਵੀ ਸਿੱਖ ਸਕਦੇ ਜ਼ਿੰਦਗੀ ਨਾਲ ਸਿੱਖੋ, ਉਹ ਥੋੜੇ ਸਿੱਖਣ 'ਤੇ ਡਿਪੈਂਡ। ਮੈਨੂੰ ਇੱਕ ਗੱਲ ਚੇਤੇ ਆ ਗਈ, ਪੰਜਾਬ ਦਾ ਨਾ 8-9 ਵਰੇ ਪਹਿਲਾਂ ਇੱਕ ਬੜਾ ਮਸ਼ਹੂਰ ਗਾਇਕ ਹੁੰਦਾ ਸੀ, ਅਤੇ ਉਹਨੂੰ ਕਿਸੇ ਨੇ ਸੱਭਿਆਚਾਰਕ ਮੇਲੇ 'ਤੇ ਸੱਦਿਆ, ਅਤੇ ਉਹਦੇ ਪ੍ਰੋਗਰਾਮਾਂ ਦੇ ਵਿੱਚ 8-10 ਦਿਨ ਦਾ ਵਕਫਾ ਪੈ ਗਿਆ, ਤੇ ਉਹ ਸੱਭਿਆਚਾਰਕ ਮੇਲੇ ਤੇ 2 ਗੀਤ ਗਾਉਣ ਆਇਆ ਸੀ, ਤੇ ਉਹ ਤਾਂ ਜੀ 1.5 ਘੰਟਾ ਉਤਰਿਆ ਨਾ। ਅੱਛਾ ਜੀ। ਬਾਅਦ ਦੇ ਵਿੱਚ ਕਈਆਂ ਨੇ ਪੁੱਛਿਆ ਵੀ ਤੁਸੀਂ ਤਾਂ ਪੈਸੇ ਲੈ ਕੇ ਨਹੀਂ ਗਾਉਂਦੇ ਪੂਰਾ ਟਾਈਮ, ਤੇ ਅੱਜ ਤੁਸੀਂ ਮੁਫਤ ਦੇ ਵਿੱਚ 2 ਗਾਣੇ ਦੀ ਥਾਂ ਦੇ ਉੱਤੇ 12 ਗਾਤੇ ਆ। ਕਹਿੰਦਾ ਅਸਲ ਦੇ ਵਿੱਚ ਕੱਲ ਨੂੰ ਹੈਗਾ ਮੇਰਾ ਪ੍ਰੋਗਰਾਮ, ਮੈਂ ਕਿਹਾ ਘਰੇ ਰਿਆਜ਼ ਹੋਣਾ ਨੀ, ਅੱਜ ਇੱਥੇ ਹੀ ਕਰਦੇ। ਇਹ ਵੀ ਇੱਕ ਤਰੀਕਾ, ਆਪਾਂ ਲੈਨੇ ਤੇ ਨਿੱਕਾ ਜਿਹਾ ਵਕਫਾ ਤੇ ਫਿਰ ਅੱਗੇ ਤੁਰਦੇ ਆ। ਜੱਜ ਦਾ ਵਿਚਾਰ। ਅਖਤਰ ਭਰਾਓ ਜੀ, ਬਹੁਤ ਕਮਾਲ ਕੀਤਾ, ਹੁਣ ਨਾ ਅਖਤਰ ਭਰਾਓ ਹੀ ਕਹਿਣਾ ਪੈਣਾ ਜੀ, ਜੇ ਮੈਂ ਕਹੂੰਗਾ ਅਖਤਰ ਭਰਾ ਜੀ, ਅਖਤਰ ਭਰਾ ਜੀ, ਉਹ 2 ਵਾਰੀ ਹੋ ਜਾਣਾ, ਫਿਰ ਆਪਾਂ ਸਮੂਹਕ ਤੌਰ ਦੇ ਉੱਤੇ ਭਰਾਓ ਸ਼ਬਦ ਨਾਲ ਸੰਬੋਧਨ ਕਰ ਲੈਂਦੇ ਜੀ। ਵਾਕਈ ਬਹੁਤ ਸੋਹਣਾ ਤੁਸੀਂ ਗਾਉਂਦੇ ਹੋ। ਥੈਂਕ ਯੂ ਭਾਜੀ, ਕੁਦਰਤ ਦੀ ਬੜੀ ਬਖਸ਼ਿਸ਼ ਹੈ ਤੁਹਾਡੇ ਉੱਤੇ। ਸ਼ੁਕਰ ਹੈ ਮਾਲਕ। ਇੱਕ ਤਾਂ ਮੇਰੀ ਨਿੱਜੀ ਤੌਰ ਦੇ ਉੱਤੇ ਬੇਨਤੀ ਹੈ ਕਿ ਇਸ ਅੰਦਾਜ਼ ਨੂੰ ਅਤੇ ਇਸ ਸੁਥਰੀ ਸੋਚ ਨੂੰ ਸੰਭਾਲ ਕੇ ਰੱਖਿਓ। ਉਹਦੇ ਲਈ ਇੱਕ ਤਾਂ ਇਸ ਕਰਕੇ ਵੀ ਇਹ ਜ਼ਰੂਰੀ ਹੈ ਗੱਲ ਵੀ ਤੁਸੀਂ ਪਿਤਾ ਪੁਰਖ ਹੀ ਗਾਉਂਦੇ ਹੋ ਜੀ, ਦੂਜੀ ਇਸ ਕਰਕੇ ਵੀ ਕਹਿਣਾ ਮੈਂ ਕਿ ਇਹੋ ਜਿਹੀ ਗਾਇਕੀ ਦੀ ਅੱਜ ਦੇ ਸਮੇਂ 'ਚ ਲੋੜ ਬਹੁਤ ਹੈ। ਅੱਜ ਜਦੋਂ ਬੋਧਿਆਂ ਨੂੰ ਧੂੰਆਂ ਜਿਹਾ ਲਾ ਕੇ ਅਤੇ ਪਤਾ ਨਹੀਂ ਕਿਹੋ ਜਿਹੇ ਗੀਤ ਗਾਉਣ ਲੱਗ ਜਾਂਦੇ ਕਈ ਬੰਦੇ, ਅਤੇ ਉਹ ਕਹਿ ਦਿੰਦੇ ਜੀ ਅਸੀਂ ਹਿੱਟ ਹਾਂ, ਅਤੇ ਬਾਅਦ ਦੇ ਵਿੱਚ ਪਤਾ ਵੀ ਨਹੀਂ ਲੱਗਦਾ 3-4 ਵਰ੍ਹਿਆਂ ਬਾਅਦ। ਤੁਸੀਂ ਉਸ ਭੀੜ ਦਾ ਹਿੱਸਾ ਕਦੇ ਨਾ ਬਣੋ, ਇਹ ਮੇਰੀ ਦਿਲੀ ਤੌਰ ਦੇ ਉੱਤੇ ਕਾਮਨਾ। ਬਾਕੀ ਹਰ ਬੰਦੇ ਦੀ ਆਪਣੀ ਮਰਜ਼ੀ ਹੁੰਦੀ ਹੈ ਉਹਨੇ ਕੀ ਕਰਨਾ ਕੀ ਨਹੀਂ ਕਰਨਾ। ਤੁਸੀਂ ਪਹਿਲਾਂ ਗਾਉਣ ਲੱਗ ਪਏ ਕਿਉਂਕਿ ਵੱਡੇ ਹੋ, ਤੁਸੀਂ ਇੱਕ ਵਾਰੀ ਮੇਰੇ ਖਿਆਲ ਸਾਰੇ ਗਾਮਾ ਪਾ ਮੁਕਾਬਲੇ 'ਚ ਗਏ, ਉਸ ਮੁਕਾਬਲੇ ਤੋਂ ਬਾਅਦ ਇਹਨਾਂ ਨੇ ਇੱਕ ਵੱਖਰਾ ਮੁਕਾਬਲਾ ਚੁਣਿਆ, ਉਸ ਮੁਕਾਬਲੇ ਦੇ ਵਿੱਚ ਤੁਸੀਂ ਦੋਵੇਂ ਇਕੱਠੇ ਹੋ ਗਏ। ਜਦੋਂ ਤੁਸੀਂ ਮੁਕਾਬਲੇ 'ਚ ਗਾਉਂਦੇ ਸੀ ਅਤੇ ਜਦੋਂ ਇਹਨਾਂ ਨਾਲ ਇਕੱਠੇ ਤੌਰ 'ਤੇ ਗਾਇਆ, ਅਨੁਭਵ ਕੀ ਰਿਹਾ? ਹਾਂ ਭਾਜੀ, ਮੈਂ ਇਕੱਲੇ ਔਰ ਦੋਨਾਂ ਦੇ ਵਿੱਚ ਮਹਿਸੂਸ ਇਹ ਕੀਤਾ ਕਿ ਲਿਟਰਲੀ ਕਿ 1 ਔਰ 1 11 ਹੁੰਦੇ ਨੇ, ਮੈਂ 2 ਨਹੀਂ ਗਿਣਦਾ ਉਹਨੂੰ, ਕਿਉਂਕਿ ਕਈ ਵਾਰੀ ਇੱਦਾਂ ਹੁੰਦਾ ਕਿ ਇਨਸਾਨ ਬਿਮਾਰ ਹੁੰਦਾ ਗਾ, ਗਲਾ ਨਹੀਂ ਕੰਮ ਕਰਦਾ, ਹੈ ਨਾ, ਜਾਂ ਗਲਾ ਇੱਕ ਸਾਈਡ 'ਤੇ ਰੱਖਦੇ ਕਿ ਜਾਂ ਸਿਹਤ ਹੀ ਖਰਾਬ ਹੋ ਜਾਂਦੀ ਹੈਗੀ ਬੰਦੇ ਦੀ, ਹੈ ਨਾ, ਉੱਠਣ ਨੂੰ ਦਿਲ ਨਹੀਂ ਕਰਦਾ, ਅਤੇ ਇੰਨਾ ਹੈ ਕਿ ਇੱਕ ਦੂਸਰਾ ਬੰਦਾ ਦੂਸਰੇ ਨੂੰ ਸਾਂਭ ਲੈਂਦਾ ਗਾ, ਅਤੇ ਇੱਦਾਂ ਹੋਇਆ ਵੀ ਹੈ ਸਾਡੇ ਨਾਲ, ਜਿੱਦਾਂ ਡਿਊਰਿੰਗ ਸ਼ੋਅ ਵੀ ਹੋਇਆ, ਅਤੇ ਜਿੱਦਾਂ ਇੱਕ ਵਾਰੀ ਗਲਾ ਖਰਾਬ ਸੀ ਮੇਰਾ ਬਹੁਤ ਜ਼ਿਆਦਾ, ਅਤੇ ਮੈਂ ਉਹ ਜੋ ਮੈਂ ਕਰਨਾ ਚਾਹੁੰਦਾ ਸੀ ਮੈਂ ਕਰ ਨਹੀਂ ਪਾਇਆ, ਬਟ ਉਹ ਪਤਾ ਚੱਲ ਰਿਹਾ ਸੀ ਕਿ ਉਸ ਗਾਣੇ 'ਚ ਉਸ ਦਿਨ ਸਾਰਾ ਕੁਝ ਸਾਹਿਲ ਸੰਭਾਲ ਰਿਹਾ ਹੈਗਾ, ਅਤੇ ਬਹੁਤ ਜ਼ਿਆਦਾ ਹੈਲਪ ਹੁੰਦੀ ਹੈ ਇੱਕ ਦੂਸਰੇ ਦੀ, ਔਰ ਸਭ ਤੋਂ ਵੱਡੀ ਗੱਲ ਭਰਾ, ਅਤੇ ਫਿਰ ਭਰਾ ਦੀ ਭਰਾ ਨੂੰ ਜੇ ਸਪੋਰਟ ਹੋਵੇ ਫਿਰ ਕੋਈ ਬੰਦਾ ਰੋਕ ਹੀ ਨਹੀਂ ਸਕਦਾ। ਬਿਲਕੁਲ ਸਹੀ ਗੱਲ ਹੈ। ਜਿਹੜਾ ਸਾਰੇ ਗਾਮਾ ਪਾ ਦੇ ਵਿੱਚ ਤੁਸੀਂ ਗਏ ਸੀ ਪਹਿਲਾਂ, ਕਈ ਵਰੇ ਪਹਿਲਾਂ ਜੀ ਜੀ, ਉਹਦੇ ਵਿੱਚ ਕਿਹੜੇ ਮੁਕਾਮ ਤੱਕ ਪਹੁੰਚ ਗਏ ਸੀ? ਮੈਂ ਜੀ 2012 'ਚ ਗਿਆ ਸੀ ਸਾਰੇ ਗਾਮਾ ਪਾ 'ਚ, ਔਰ ਮੈਂ 2nd ਆਇਆ ਸੀਗਾ ਉੱਥੋਂ। ਅੱਛਾ, ਹਾਂਜੀ ਹਾਂਜੀ, ਵਾਹ ਵਾਹ, ਅਤੇ ਬਹੁਤ ਸੋਹਣੀ ਗੱਲ ਆ ਇਹ ਨਾ। ਇਸ ਕਰਕੇ ਮੈਂ ਸੋਹਣੀ ਕਿਹਾ ਕਿਉਂਕਿ ਜਿਹੜੇ ਨਵੇਂ ਪ੍ਰਤਿਭਾ ਖੋਜ ਮੁਕਾਬਲੇ ਚੱਲਦੇ ਆ, ਉਹਨਾਂ ਦੇ ਵਿੱਚ ਜਦੋਂ ਕੋਈ ਕਲਾਕਾਰ ਅੱਗੇ ਆਉਂਦਾ ਨਾ, ਫਿਰ ਉਹਨੂੰ ਆਪਣੇ ਖੇਤਰ ਦੇ ਵਿੱਚ ਵਿਚਰਨ ਦੇ ਬਹੁਤ ਸਾਰੇ ਮੌਕੇ ਮਿਲ ਜਾਂਦੇ ਆ, ਜਿਵੇਂ ਕਿ ਇਹਨਾਂ ਨੂੰ ਮਿਲੇ ਆ। ਤੇ ਤੁਸੀਂ ਕਿਵੇਂ ਗਏ ਕਲਰਸ ਟੀਵੀ ਵਾਲੇ ਪ੍ਰੋਗਰਾਮ ਦੇ ਵਿੱਚ? ਮੈਂ ਭਾਜੀ ਕਲਰਸ ਤੋਂ ਪਹਿਲਾਂ ਨਾ ਵੋਇਸ ਆਫ ਪੰਜਾਬ ਕੀਤਾ ਸੀ ਜੀ। ਅੱਛਾ, ਤੇ ਵੋਇਸ ਆਫ ਪੰਜਾਬ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ, ਜਦੋਂ ਭਾਜੀ ਸਾਰੇ ਕੰਮ ਬਾਅਦ ਕੀਤਾ ਸੀ ਇਹਨਾਂ ਨੇ, ਅਤੇ ਉਦੋਂ ਸਕੂਲ 'ਚ ਮੈਂ ਗਾਉਂਦਾ ਹੁੰਦਾ ਸੀਗਾ ਜੀ, ਕੰਪਟੀਸ਼ਨ ਵਗੈਰਾ 'ਤੇ ਜਾਣਾ, ਅਤੇ ਇਹ ਜਦੋਂ ਸਾਰੇ ਕੰਮ ਬਾਅਦ 'ਚ ਗਏ, ਮੈਂ ਫਿਰ ਉਸ ਤੋਂ ਬਾਅਦ ਟੀ ਵੀ 'ਤੇ ਦੇਖਣਾ ਇਹਨਾਂ ਨੂੰ, ਟੀ ਵੀ ਤੋਂ ਬਾਅਦ ਫਿਰ ਨਾ ਜਿਹੜੇ ਐਪੀਸੋਡ ਇਹਨਾਂ ਦੇ ਹੋ ਜਾਂਦੇ ਸੀ ਉਹ ਮੈਂ ਯੂਟਿਊਬ 'ਤੇ ਕੱਢ ਕੇ ਸੁਣਦਾ ਹੁੰਦਾ ਸੀਗਾ। ਅੱਛਾ, ਜਿੱਦਾਂ ਘਰ ਬਹਿ ਕੇ ਕੰਪਿਊਟਰ ਲਾ ਲੈਣਾ, ਅਤੇ ਉਹ ਜਦੋਂ ਸੁਣਨਾ, ਅਤੇ ਨਾਲ ਦੇ ਮੇਰੇ ਦੋਸਤ ਵੀ, ਫਿਰ ਮੇਰੇ ਦਿਲ 'ਚ ਵੀ, ਉਹਨਾਂ ਨੇ ਵੀ ਮੈਨੂੰ ਕਿਹਾ ਵੀ ਤੂੰ ਵੀ ਗਾਉਂਦਾ, ਤੂੰ ਵੀ ਕੋਈ ਸ਼ੋਅ ਕਰ, ਫਿਰ ਮੇਰੇ ਦਿਲ 'ਚ ਵੀ ਆਇਆ ਵੀ ਮੈਂ ਵੀ ਜਾਵਾਂ ਕਿਸੇ ਸ਼ੋਅ 'ਚ, ਅਤੇ ਮੈਂ ਉਸ ਤੋਂ ਬਾਅਦ ਮੈਂ ਵੋਇਸ ਆਫ ਪੰਜਾਬ ਕੀਤਾ ਸੀਗਾ ਜੀ, ਮੈਂ ਵੋਇਸ ਆਫ ਪੰਜਾਬ 'ਚ 3rd ਆਇਆ ਸੀਗਾ। ਅੱਛਾ, ਅਤੇ ਉਹ 3rd ਆਉਣ ਕਰਕੇ ਨਾਲ ਦੇ ਜਿਹੜੇ ਬੱਚੇ ਸੀਗੇ ਹੋਰ ਵੀ, ਉਹ ਉੱਦਾਂ ਕਰਕੇ ਨਾ ਉਹਨਾਂ ਕੋਲ ਨੰਬਰ ਬੰਬੇ ਤੋਂ ਉਹਨਾਂ ਨੂੰ ਕਾਲ ਆਈ ਸੀਗੀ ਵੀ ਹੋਰ ਵੀ ਕਿਸੇ ਬੱਚੇ ਦਾ ਨਾਮ ਨੰਬਰ ਦਿਓ, ਉਹਨਾਂ ਨੇ ਮੈਨੂੰ ਫੋਨ ਕੀਤਾ ਬੰਬੇ ਵਾਲੇ ਨੇ, ਕਲਰਸ ਵਾਲੇ ਨੇ, ਵੀ ਤੁਸੀਂ ਸ਼ੋਅ ਦੇ ਵਿੱਚ ਆਓ ਆਡੀਸ਼ਨ ਲਈ, ਅਤੇ ਸੈਲੈਂਟ ਆਡੀਸ਼ਨ ਰੱਖਿਆ ਸੀ ਉਹਨਾਂ ਨੇ, ਸਾਡਾ 100-150 ਬੰਦਾ ਹੋਊਗਾ ਉੱਥੇ, ਸੈਲੈਂਟ 'ਚ ਮੈਂ ਸਿਲੈਕਟ ਹੋ ਗਿਆ ਸੀਗਾ। ਅੱਛਾ, ਸਿਲੈਕਟ ਹੋਇਆ, ਉਦੋਂ ਬਾਅਦ ਮੈਨੂੰ ਚੰਡੀਗੜ੍ਹ ਬੁਲਾਇਆ ਉਹਨਾਂ ਨੇ, ਚੰਡੀਗੜ੍ਹ ਗਏ ਜਦੋਂ, ਫਿਰ ਉਸ ਤੋਂ ਬਾਅਦ ਉਹਨਾਂ ਨੇ ਦੇਖਿਆ ਵੀ ਸ਼ਨਾਜ਼ ਅਖਤਰ ਦਾ ਬ੍ਰਦਰ ਆ ਭਾਜੀ ਦਾ ਨਾਮ ਉਹਨਾਂ ਨੇ ਲਿਆ, ਮੈਂ ਕਿਹਾ ਹਾਂਜੀ, ਫਿਰ ਉਹਨੇ ਮੇਰੇ ਤੋਂ ਭਾਜੀ ਦਾ ਨੰਬਰ ਲਿਆ, ਨੰਬਰ ਲੈ ਕੇ ਸਾਨੂੰ ਕਾਲ ਕੀਤਾ,
ਤੁਸੀਂ ਦੋਨੇ ਜਾਣੇ ਆਓ ਸਾਡੇ ਸ਼ੋਅ ਦੇ ਵਿੱਚ। ਅੱਛਾ, ਇਦਾਂ ਉਦੋਂ ਸਾਡੇ ਬਣੀ ਸੀ ਭਾਵਨਾ ਜਦੋਂ ਪਹਿਲੀ ਵਾਰ ਬੰਬੇ ਗਏ ਜੀ ਮਾਇਆ ਨਗਰੀ ਦੇ ਵੱਲ, ਉਹਦਾ ਤਾਂ ਬੰਦੇ ਦੇ ਮਨ ਚ ਧੜਕੂ ਜਾ ਹੁੰਦਾ ਵੀ ਪਤਾ ਨੀ ਉੱਥੇ ਕੀ ਹੋਊਗਾ, ਇਮਾਰਤਾਂ ਇਮਾਰਤਾਂ ਦਿਸਦੀਆਂ। ਮੈਨੂੰ ਕਦੇ ਕਦੇ ਨਾ ਬਾਬੂ ਸਿੰਘ ਮਾਨ ਹੋਰਾਂ ਦੀ ਗੱਲ ਚੇਤੇ ਆ ਜਾਂਦੀ ਆ, ਕਹਿੰਦੇ ਵੀ ਮੁੰਬਈ ਦੇ ਵਿੱਚ ਬੰਬੇ ਦੇ ਵਿੱਚ ਇੰਨੀਆਂ ਉੱਚੀਆਂ ਇਮਾਰਤਾਂ, ਮੈਂ ਸੋਚਦਾ ਹੁੰਦਾ ਵੀ ਕਦੇ ਸਾਰੇ ਬੰਦੇ ਲਾ ਕੇ ਦੇਖ ਲਓ ਵੀ ਪੂਰੇ ਆਉਂਦੇ ਕਿ ਨਹੀਂ, ਇਮਾਰਤ ਤੇ ਇਮਾਰਤ ਤੇ ਇਮਾਰਤ ਤੇ ਇਮਾਰਤ, ਏਦਾਂ ਹੀ ਸਾਰਾ ਕੁਛ ਆ। ਧੜਕੂ ਕਿੰਨਾ ਕੁ ਸੀਗਾ? ਬਹੁਤ, ਮੈਨੂੰ, ਮੈਂ ਤੁਹਾਨੂੰ ਦੱਸਾਂ ਜੀ, ਮੈਨੂੰ ਬੰਬੇ ਜਾਣ ਦਾ ਪਹਿਲਾਂ ਸ਼ੌਂਕ ਬਹੁਤ ਸੀਗਾ। ਲਿਟਰਲੀ ਮੈਂ ਤੁਹਾਨੂੰ ਦੱਸਦਾ, ਜਦੋਂ ਮੈਨੂੰ ਸ਼ੋਅ ਦੀ ਕਾਲ ਆਉਣੀ ਸੀਗੀ, ਮੈਂ ਭਾਈ ਨੇ ਮੈਨੂੰ ਫੋਨ ਕੀਤਾ ਸੀਗਾ ਵੀ ਤੂੰ ਆ ਜਾ ਮੇਰੇ ਕੋਲ, ਅਤੇ ਮੈਂ ਇਹਨਾਂ ਕੋਲ ਚੱਲਿਆ ਵੀ ਸੀਗਾ, ਮੈਂ ਇਹੋ ਜਿਹੇ ਖੜ੍ਹੇ ਸੀਗਾ ਏਅਰਪੋਰਟ 'ਤੇ। ਮੈਨੂੰ ਇਹਨਾਂ ਦੀ ਕਾਲ ਆਈ, ਲੁਧਿਆਣਾ ਆਡੀਸ਼ਨ ਦਿੱਤਾ, ਮੈਨੂੰ ਆਇਆ ਸੀਗਾ ਵੀ ਜਿਹੜਾ ਸੈਲੈਂਡਰ ਆਡੀਸ਼ਨ ਤੋਂ ਬਾਅਦ ਜਿਹੜਾ ਅਗਲਾ ਆਡੀਸ਼ਨ ਆ ਸ਼ਾਇਦ ਉਹ ਬੰਬੇ ਹੋਊਗਾ, ਅਤੇ ਮੈਂ ਏਅਰਪੋਰਟ 'ਤੇ ਖੜ੍ਹਾ, ਮੈਨੂੰ ਉੱਥੇ ਖੜ੍ਹੇ ਨੂੰ ਫੋਨ ਆਇਆ ਉਹਨਾਂ ਦਾ ਵੀ ਫਿਰ ਆਡੀਸ਼ਨ ਆ ਚੰਡੀਗੜ੍ਹ ਦੇ ਵਿੱਚ। ਫਿਰ ਮੈਂ ਇਹਨਾਂ ਨੂੰ ਫੋਨ ਕੀਤਾ, ਮੈਂ ਕਿਹਾ ਵੀ ਭਾਅ ਜੀ ਇੱਦਾਂ ਇੱਦਾਂ ਕਰਕੇ ਫੋਨ ਆ ਗਿਆ, ਕਹਿੰਦੇ ਰਹਿਣ ਦੇ ਤੂੰ ਘਰੇ ਵਾਪਸ ਚਲੇ ਜਾ, ਆਡੀਸ਼ਨ ਤੋਂ ਬਾਅਦ ਕੋਈ ਨਾ ਬੰਬੇ ਆਡੀਸ਼ਨ ਦੇ ਕੇ ਵੀ ਬੰਬੇ ਹੀ ਆਉਣਾ ਵਾ। ਮੈਂ ਕਿਹਾ ਠੀਕ ਹੈ ਜੀ, ਫਿਰ ਮੈਂ ਘਰੇ ਵਾਪਸ ਆ ਗਿਆ ਸੀਗਾ। ਅੱਛਾ, ਅਤੇ ਦੋਵਾਂ ਭਰਾਵਾਂ ਨੇ ਜਿਹੜਾ ਗੀਤ ਗਾਇਆ ਪਹਿਲਾਂ, ਹਾਂਜੀ, ਉਹ ਸਾਂਝਾ ਕਰ ਲਓ ਫਿਰ। ਕਿਸਮਤ ਜੋ ਆਵੇ ਸਾਹਮਣੇ ਤੂੰ ਮੋੜ ਦੇ ਉਸਕਾ ਪੰਜਾਰੇ, ਕਿਸਮਤ ਜੋ ਆਵੇ ਸਾਹਮਣੇ ਤੂੰ ਮੋੜ ਦੇ ਉਸਕਾ ਪੰਜਾਰੇ, ਰੇ ਰੇ ਚੱਲ ਮੋੜ ਦੇ ਉਸਕਾ ਪੰਜਾਰੇ। ਸਾਥ ਆਸਮਾਂ ਚੀਰੇ ਚੱਲ ਸਾਥ ਸਮੁੰਦਰ ਪੀਰੇ, ਚੱਲ ਸਾਥ ਸੁਰੂ ਮੇ ਕਰ ਦੇ ਐਲਾਨ, ਹਿੰਮਤ ਹੈ ਤੋ ਰੋਕੋ ਜ਼ੁਰਤ ਹੈ ਤੋ ਬਾਂਧੋ, ਰੇ ਆਜ ਹਥੇਲੀ ਪੇ ਰੱਖਦੀ ਹੈ ਜਾਨ, ਖੂਨ ਮੇ ਤੇਰੇ ਮਿੱਟੀ ਮਿੱਟੀ ਮੇ ਤੇਰਾ ਖੂਨ, ਖੂਨ ਮੇ ਤੇਰੇ ਮਿੱਟੀ ਮਿੱਟੀ ਮੇ ਤੇਰਾ ਖੂਨ, ਉੱਪਰ ਅੱਲਾ ਨੀਚੇ ਧਰਤੀ ਬੀਚ ਮੇ ਤੇਰਾ ਜਨੂੰ, ਜੋ ਤੁਸੀਂ ਹਰਕਤਾਂ ਲਾਉਂਦੇ ਹੋ, ਜੋ ਅਲਾਪ ਲੈਂਦੇ ਹੋ, ਉਹ ਬਹੁਤ ਸੋਹਣੀ ਗੱਲ ਹੈ, ਕਮਾਲ ਦੀ ਗੱਲ ਹੈ। ਤੇ ਤੁਹਾਡੇ ਘਰ ਦੇ ਵਿੱਚ ਕਿਉਂਕਿ ਗਾਇਕੀ ਦਾ ਮਾਹੌਲ ਹੈ, ਤੁਸੀਂ ਜਿੰਨੇ ਭੈਣ ਭਾਈ ਹੋ ਸਾਰੇ ਗਾਉਂਦੇ ਨੇ? ਜੀ, ਸਾਰੇ ਗਾਉਂਦੇ। ਕਈ ਵਾਰੀ ਵੱਡੇ ਛੋਟਿਆਂ ਦੀ ਮੰਨਦੇ, ਕਈ ਵਾਰੀ ਛੋਟੇ ਵੱਡਿਆਂ ਦੀ ਮੰਨਦੇ ਆ, ਚੀਜ਼ ਹੈਗੀ ਹੈ ਕਿ ਸਭ ਤੋਂ ਵੱਡੀ ਗੱਲ ਜੀ, ਜਿੱਦਾਂ ਅਮੂਮਨ ਤੌਰ 'ਤੇ ਹੁੰਦਾ ਕਿ ਜਦੋਂ ਇੱਕੋ ਘਰ ਦੇ ਵਿੱਚ ਇੰਨੇ ਕਲਾਕਾਰ ਜਾਂ ਸੇਮ ਪ੍ਰੋਫੈਸ਼ਨ ਦੇ ਲੋਕ ਹੋਣ, ਕੋਈ ਵੀ ਪ੍ਰੋਫੈਸ਼ਨ ਹੋਵੇ, ਉਹ ਤਾਂ ਉੱਥੇ ਈਗੋ ਪ੍ਰੋਬਲਮ ਆ ਜਾਂਦੀ ਹੈ। ਅਤੇ ਟੱਚਵੁੱਡ ਸਾਡੇ ਪਰਿਵਾਰ ਦੇ ਵਿੱਚ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ, ਚਾਹੇ ਉਹ ਸਾਡੀ ਵੱਡੇ ਸਿਸਟਰ ਨੇ, ਚਾਹੇ ਛੋਟੀ ਆ, ਚਾਹੇ ਸਾਹਿਲ ਆ, ਚਾਹੇ ਮੈਂ, ਹੈ ਨਾ। ਅਤੇ ਇੱਕ ਦੂਸਰੇ ਨੂੰ ਸਪੋਰਟ ਹੀ ਕੀਤਾ ਜੀ ਹਮੇਸ਼ਾ, ਵੱਡਿਆਂ ਨੇ ਵੀ, ਅਤੇ ਚਲੋ ਸਾਡੀ ਤਾਂ ਕੀ ਔਕਾਤ ਹੈ ਉਹਨਾਂ ਨੂੰ ਸਪੋਰਟ ਕਰਨ ਦੀ, ਉਹਨਾਂ ਨੇ ਹੀ ਸਾਨੂੰ ਹਮੇਸ਼ਾ ਸਪੋਰਟ ਕੀਤਾ ਕਿ ਜਿਵੇਂ ਤਿਵੇਂ ਕਰਕੇ ਅੱਗੇ ਜ਼ਿੰਦਗੀ 'ਚ ਵਧਣੇ ਚਾਹੀਦੇ ਨੇ, ਬਸ ਇਹ ਗੱਲ ਹੈ ਜੀ। ਮੈਂ ਨਾ ਆਮ ਤੌਰ 'ਤੇ ਸੋਚਦੀ ਹੁੰਦੀ ਹਾਂ, ਜਦੋਂ ਵੀ ਕੋਈ ਵੀ ਆਪਣੇ ਕੋਲ ਇੱਥੇ ਆਉਂਦਾ ਜਿਨ੍ਹਾਂ ਦੇ ਘਰ ਦੇ ਵਿੱਚ ਗਾਇਕੀ ਦਾ ਮਾਹੌਲ ਹੋਵੇ, ਕਿ ਕਿੰਨੀ ਸੋਹਣੀ ਸਵੇਰ ਹੁੰਦੀ ਹੋਏਗੀ ਤੇ ਕਿੰਨੀ ਸੁਰੀਲੀ ਸ਼ਾਮ ਹੁੰਦੀ ਹੋਏਗੀ ਉਸ ਘਰ 'ਚ, ਜਦੋਂ ਸਾਰੇ ਰਲ ਕੇ ਤੁਸੀਂ ਬੈਠਦੇ ਹੋਵੋਗੇ ਤੇ ਫਿਰ ਇੱਕ ਵਾਰ ਗੀਤ ਛੱਡਦੇ ਹੋਣਗੇ, ਹੈ ਨਾ, ਇੱਕ ਦੂਸਰੇ ਦੇ ਨਾਲ ਅੰਤਾਕਸ਼ਰੀ ਚੱਲਦੀ ਹੋਣੀ ਫਿਰ ਤਾਂ ਕਿਆ ਕਿਆ ਮਾਹੌਲ ਹੋਏਗਾ। ਨਹੀਂ ਬਾਕੀ ਐਵੇਂ ਹੁੰਦਾ? ਨਹੀਂ ਜੀ, ਨਹੀਂ ਏਦਾਂ ਨਹੀਂ ਹੁੰਦਾ, ਕਿਉਂਕਿ ਦੇਖੋ ਜੀ, ਚਾਰ ਭੈਣ ਭਰਾਵਾਂ, ਚਾਰਾਂ ਦੀ ਮੱਤ ਅਲੱਗ ਅਲੱਗ ਹੈ, ਚਾਰਾਂ ਦਾ ਸਰਕਲ ਅਲੱਗ ਅਲੱਗ ਹੈ, ਹੈ ਨਾ ਜੀ। ਮਤਲਬ ਮਿਊਜ਼ਿਕ ਦੇ ਵਿੱਚ ਚਾਰ ਚਾਰ ਜਾਣੇ, ਵੈਸੇ ਅਸੀਂ ਪੰਜ ਭੈਣ ਭਰਾ, ਤਿੰਨ ਭਰਾ ਦੋ ਭੈਣਾਂ ਸੀ। ਅਤੇ ਜਿੱਦਾਂ ਦੀਦੀ ਤਾਂ ਜਦ ਦੀ ਉਹਨਾਂ ਨੇ ਇਸ ਲਾਈਨ ਦੇ ਵਿੱਚ ਜਦ ਦਾ ਕਦਮ ਰੱਖਿਆ, ਉਹ ਕਦੇ ਘਰੇ ਬੈਠੇ ਨਹੀਂ ਟੱਚ ਗੁਰਲੇਜ਼ ਅਤੇ ਉਹ ਪਰਮਾਤਮਾ ਦੀ ਕਿਰਪਾ ਨਾਲ ਹਮੇਸ਼ਾ, ਹੁਣ ਉਦੋਂ ਤੋਂ ਫਰੋਮ ਦਾ ਬਿਗਨਿੰਗ ਟਿਲ ਟੂਡੇ ਉਹ ਬਿਜ਼ੀ 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 ਉਹ ਸਾਰਾ। ਕੋਈ ਦਿਨ ਹੁੰਦਾ ਜੀ ਸਾਡੇ ਜਦੋਂ ਇਕੱਠੇ ਬਹਿੰਦੇ ਹਾਂ ਅਸੀਂ, ਅਤੇ ਜਾਂ ਜਦੋਂ ਕੋਈ ਗੱਲ ਕਰਦੇ ਹਾਂ, ਇੱਥੇ ਤੱਕ ਵੀ ਅਸੀਂ ਕੋਈ ਗਾਣੇ ਵੀ ਅਸੀਂ ਕਰਦੇ ਹਾਂ ਜਾਂ ਕੁਛ ਵੀ ਹੈ, ਅਤੇ ਉਹ ਇੱਕ ਦੂਸਰੇ ਨੂੰ ਵਟਸਐਪ ਕਰਕੇ ਸੁਣਾਉਣੇ ਹੁੰਦੇ ਵੀ ਭਾਈ ਸੁਣ ਲਓ ਠੀਕ ਹੈ ਕਿ ਨਹੀਂ, ਉਹ ਇੰਨੇ ਜ਼ਿਆਦਾ ਬਿਜ਼ੀ ਨੇ, ਹੈ ਨਾ ਜੀ, ਬਹੁਤ ਬਿਜ਼ੀ ਆਰਟਿਸਟ ਨੇ ਟੱਚਵੁੱਡ, ਸ਼ੁਕਰੀਆ ਮਾਲਕ ਦਾ। ਅਤੇ ਬਸ ਇਹੀ ਹੈ ਜੀ, ਸਲਾਹ ਨਾਲ ਚੱਲਦੇ ਹਾਂ, ਇਹ ਨਹੀਂ ਵੀ ਅੰਤਾਕਸ਼ਰੀ ਖੇਡਦੇ ਅਸੀਂ ਜਾਂ ਕੁਛ ਇੱਦਾਂ, ਇੱਦਾਂ ਕਦੇ ਟਾਈਮ ਹੀ ਨਹੀਂ ਲੱਗਦਾ ਇਕੱਠੇ ਹੋਣ ਦਾ, ਹੈ ਨਾ ਜੀ। ਅਤੇ ਹੁਣ ਜਿੱਦਾਂ 2012 ਤੋਂ ਲੈ ਕੇ ਹੁਣ ਤੱਕ ਮੈਂ ਬੰਬੇ ਰਹਿੰਦਾ ਹਾਂ, ਜ਼ਿਆਦਾ ਟਾਈਮ ਮੈਂ ਬੰਬੇ ਹੁੰਦਾ, ਫਿਰ ਦੀਦੀ ਹੁਣੀ ਕਦੇ ਅਮੈਰੀਕਾ ਹੁੰਦੇ ਨੇ,
ਤੇ ਕਦੇ ਇੱਥੇ ਹੁੰਦੇ ਨੇ ਹੈ ਨਾ, 6 ਮਹੀਨੇ ਅਮਰੀਕਾ 6 ਮਹੀਨੇ ਇੰਡੀਆ ਹੁੰਦੇ ਨੇ ਇੱਦਾਂ, ਤੇ ਉਹ ਜਿਹੜੇ 6 ਮਹੀਨੇ ਇੰਡੀਆ ਹੁੰਦੇ ਨੇ ਉਹਦੇ 'ਚ ਵੀ ਮੈਂ 6 ਦਿਨ ਹੀ ਮਿਲ ਪਾਉਣਾ ਉਹਨਾਂ ਨੂੰ। ਹਾਂਜੀ ਹਾਂਜੀ, ਅਤੇ ਕਿਉਂਕਿ ਮੇਰਾ ਸਾਰਾ ਟਾਈਮ ਬੰਬੇ, ਉੱਥੇ ਮਿਹਨਤ ਚੱਲਦੀ ਹੈ ਜੀ, ਅਤੇ ਉਹ ਵੀ ਕਦੇ ਉਹਨਾਂ ਨੇ ਮਨਾ ਨਹੀਂ ਕੀਤਾ ਵੀ ਚਲੋ ਜੋ ਕਰਨਾ ਜੋ ਤੁਹਾਡਾ ਦਿਲ ਕਰਦਾ ਬਸ ਫੱਟੇ ਚੱਕੀ ਚਲੋ। ਬਹੁਤ ਵਧੀਆ ਗੱਲ ਹੈ, ਤਰੱਕੀ ਕਰੋ। ਤੁਸੀਂ ਹਿੰਦੀ ਗੀਤ ਗਾਉਂਦੇ ਹੋ? ਹਾਂਜੀ ਜੀ, ਬਹੁਤ ਗਿਣਤੀ, ਕਿਉਂਕਿ ਮੁਕਾਬਲੇ ਦਾ ਦੌਰ ਆ ਜੀ ਜੀ, ਜਿਹੜੇ ਮੁਕਾਬਲੇ ਦੇ ਸਮਾਗਮਾਂ 'ਚ ਪ੍ਰੋਗਰਾਮਾਂ 'ਚ ਤੁਸੀਂ ਜਾਂਦੇ ਹੋ ਉੱਥੇ ਗਾਉਣੀ ਹਿੰਦੀ ਪੈਂਦੇ ਆ। ਹਾਂਜੀ ਹਾਂਜੀ, ਵਿਰਲਾ ਟਾਵਾਂ ਗੀਤ ਤੁਸੀਂ ਪੰਜਾਬੀ ਦਾ ਵੀ ਪੇਸ਼ ਕਰਦੇ ਹੋਵੋਗੇ ਜੀ ਜੀ, ਪਰ ਮੁੰਬਈ ਦੇ ਵਿੱਚ ਪੰਜਾਬੀ ਗਾਇਕੀ ਨੇ ਜਿੰਨੀ ਪੱਕੀ ਸਥਾਨ ਬਣਾਈ ਆ ਜੀ, ਉਹਨੂੰ ਵੀ ਵੈਸੇ ਬਹੁਤ ਸਲਾਮ ਕਹਿਣੀ ਬਣਦੀ ਆ। ਬਿਲਕੁਲ ਬਿਲਕੁਲ, ਸਾਡੀ ਪੰਜਾਬੀ ਗਾਇਕੀ ਹੁਣ ਨਹੀਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਚੱਲਦੀ ਆ ਰਹੀ ਹੈ ਜੀ, ਔਰ ਜਿਹੜਾ ਵੱਡਾ ਮੁਕਾਮ ਹੈ ਉਹ ਪੰਜਾਬੀ ਗਾਣਿਆਂ ਦਾ ਹੀ ਹੈ, ਤੇ ਇਹਦੇ ਲਈ ਸਾਨੂੰ ਸਭ ਨੂੰ ਪ੍ਰਾਊਡ ਫੀਲ ਕਰਨਾ ਚਾਹੀਦਾ ਕਿ ਪੰਜਾਬੀ ਇੰਡਸਟਰੀ ਬਹੁਤ ਉੱਪਰ ਜਾ ਚੁੱਕੀ ਹੈ। ਬਿਲਕੁਲ ਸਹੀ ਗੱਲ ਹੈ। ਪਰ ਇਹ ਦੱਸੋ ਵੀ ਤੁਸੀਂ ਜਿਹੜੇ ਹੋਰ ਕਲਾਕਾਰਾਂ ਦੇ ਗਾਇਕ ਗੀਤਾਂ ਗਾਉਂਦੇ ਹੋ, ਹਾਂਜੀ, ਆਪਣੀਆਂ ਤਰਜ਼ਾਂ ਵੀ ਘੜਦੇ ਹੋ? ਬਿਲਕੁਲ ਘੜਦੇ ਹਾਂ ਜੀ। ਕੋਈ ਐਸੀ ਤਰਜ਼, ਕੋਈ ਐਸਾ ਗੀਤ ਜਿਹੜਾ ਤੁਸੀਂ ਆਪ ਤਿਆਰ ਕੀਤਾ ਹੋਵੇ? ਹਾਂਜੀ ਹਾਂਜੀ, ਤੇ ਤੁਸੀਂ ਸੁਣਾਉਣਾ ਚਾਹੁੰਦੇ ਹੋ? ਨਹੀਂ, ਤਿਆਰ ਤਾਂ ਕੀਤਾ ਜੀ, ਬਟ ਇੱਥੇ ਥੋੜੇ ਦਿਨਾਂ ਦੇ ਵਿੱਚ ਜਿੰਨੀ ਦੇਰ ਤੱਕ ਉਹ ਪਰਦੇ ਤੇ ਨਹੀਂ ਆਉਂਦਾ ਚੋਰੀ ਚਾਰੀ ਹੋ ਜਾਂਦਾ, ਕਿਉਂਕਿ ਨਾ ਅੱਜ ਕੱਲ੍ਹ ਹੱਥ ਤੇ ਹੱਥ ਮਾਰ ਕੇ ਬੰਦਾ ਉਹ ਜਾਂਦਾ ਉਹ ਜਾਂਦਾ। ਵਾਕਈ ਇਹ ਹਰ ਪਾਸੇ ਇਹੀ ਹਾਲ ਹੈ। ਤੇ ਮਾਫੀ ਚਾਹਾਂਗੇ, ਬਾਕੀ ਨਹੀਂ ਕੋਈ ਗੱਲ ਨਹੀਂ। ਤੇ ਉਹ ਤਾਂ ਵੈਸੇ ਜਿਹੜੀ ਹੋਰ ਵੀ ਕੋਈ ਤਰਜ਼ਾਂ ਘੜਦੇ ਹੋ ਜਦੋਂ ਜੀ, ਤੇ ਫਿਰ ਕਿਸੇ ਗੀਤ ਨੂੰ ਮੁੱਖ ਰੱਖ ਕੇ ਘੜਦੇ ਹੋ ਕਿ ਅਸੀਂ ਇਸ ਦੇ ਬਰਾਬਰ ਜਾਣਾ? ਨਹੀਂ, ਇੱਦਾਂ ਨਹੀਂ ਹੁੰਦਾ ਜੀ। ਲਿਰਿਕਸ ਨੂੰ ਦੇਖ ਕੇ, ਵੈਸੇ ਆਈ ਐਮ ਨੋਟ ਦੈਟ ਮਚ ਆਫ ਗੁੱਡ ਇਨ ਕੰਪੋਜੀਸ਼ਨ, ਬਟ ਜੇ ਕਰਦੇ ਹਾਂ, ਜੇ ਕਦੇ ਕੁਛ ਦਿਮਾਗ 'ਚ ਆਉਂਦਾ ਹੈਗਾ ਤਾਂ ਲਿਰਿਕਸ ਨੂੰ ਦੇਖ ਕੇ ਕਿ ਉਹਦੇ ਕੀ ਉਹਦੇ ਭਾਵ ਕੀ ਹੋਣੇ ਚਾਹੀਦੇ ਨੇ, ਹੈ ਨਾ, ਜਿਹੜੇ ਕਿਉਂਕਿ ਜਿਹੜੇ ਆਪਣੇ ਜਿਹੜੇ ਲਿਰਿਕਸ ਨੇ ਨਾ ਜੀ, ਉਹ ਸਾਰਾ ਕੁਛ ਆਪਾਂ ਨੂੰ ਬਿਆਨ ਕਰ ਦਿੰਦੇ ਨੇ ਕਿ ਗਾਣਾ ਕਿੱਦਾਂ ਦਾ ਹੋਣਾ ਚਾਹੀਦਾ ਹੈਗਾ, ਅਤੇ ਫਿਰ ਉਸ ਹਿਸਾਬ ਨਾਲ ਉਹਨੂੰ ਕੰਪੋਜ਼ ਕੀਤਾ ਜਾਂਦਾ ਹੈਗਾ, ਅਤੇ ਫਿਰ ਜਦੋਂ ਬਣ ਜਾਂਦਾ ਫਿਰ ਕਈ ਵਾਰੀ ਇੱਦਾਂ ਹੁੰਦਾ ਕਿ ਹਾਂ ਯਾਰ ਇਹ ਉਹ ਗਾਣੇ ਨਾਲ ਜਾਂ ਇੱਦਾਂ ਉਹ ਕਰ ਰਿਹਾ ਸਿੰਬਾ, ਹੈ ਨਾ, ਕਿ ਮੈਚ ਕਰ ਰਿਹਾ ਜਾਂ ਕੁਛ ਵੀ ਇੱਦਾਂ, ਕਿ ਉਹਦੀ ਝਲਕ ਪੈ ਰਹੀ ਆ, ਫਿਰ ਮਹਿਸੂਸ ਹੁੰਦਾ ਕਈ ਵਾਰੀ ਉੱਦਾਂ, ਮਤਲਬ ਕੰਪੋਜੀਸ਼ਨ ਕਰਨ ਦੇ ਟਾਈਮ ਕਦੇ ਕੁਛ ਥੋਟ ਨਹੀਂ ਹੁੰਦਾ ਦਿਮਾਗ ਦੇ ਵਿੱਚ ਮੇਰੇ ਤਾਂ ਨਾ, ਵਾਰ ਵਾਰ ਇਹ ਪ੍ਰਭਾਵ ਗੂੜਾ ਹੋ ਜਾਂਦਾ ਵੀ ਉਹ ਬੋਲਦੇ ਨਹੀਂ ਜਾਂ ਘੱਟ ਬੋਲਦੇ। ਬੰਦੇ ਨੂੰ ਬੋਲਣ ਦਾ ਮੌਕਾ ਘੱਟ ਮਿਲਦਾ। ਇੱਕ ਵਾਰੀ ਨਾ ਇੱਕ ਔਰਤ ਆਪਦੇ ਘਰ ਵਾਲੇ ਨੂੰ ਡਾਕਟਰ ਕੋਲੇ ਲੈ ਗਈ, ਕਹਿੰਦੀ ਵੀ ਇਹ ਰਾਤ ਨੂੰ ਸੁੱਤੇ ਪਏ ਬੋਲਦੇ ਬਹੁਤ ਆ। ਉਹ ਕਹਿੰਦਾ ਦਿਨੇ ਬੋਲਣ ਦਾ ਮੌਕਾ ਦਿਓ, ਰਾਤ ਨੂੰ ਆਪੇ ਨਾ ਬੋਲਣ। ਵਕਫਾ ਲੈਂਦੇ ਹਾਂ ਜੀ, ਵਕਫੇ ਤੋਂ ਬਾਅਦ ਚ ਮਿਲਦੇ ਹਾਂ। ਉਹਦੀ ਹਾਜ਼ਰ ਹੈ ਜੱਜ ਦਾ ਵਿਚਾਰ। ਪ੍ਰਾਈਮ ਏਸ਼ੀਆ ਟੀਵੀ ਤੇ ਚੱਜ ਦਾ ਵਿਚਾਰ ਵੇਖ ਰਹੇ ਹੋ ਤੁਸੀਂ, ਹਰਮਨ ਥਿੰਦ, ਸਵਰਨ ਸਿੰਘ ਟਹਿਣਾ, ਤੇ ਸਾਡੇ ਦੋਵਾਂ ਦੇ ਨਾਲ ਅੱਜ ਬਹੁਤ ਸੁਰੀਲੇ ਅਖਤਰ ਭਰਾ ਇੱਥੇ ਬੈਠੇ ਨੇ। ਜਦੋਂ ਤੁਸੀਂ ਗਾਣਿਆਂ ਦੀ ਗੱਲ ਕੀਤੀ ਵਕਫੇ ਤੋਂ ਪਹਿਲਾਂ, ਹਿੰਦੀ ਤੇ ਪੰਜਾਬੀ ਗਾਣਿਆਂ ਦੀ, ਤੇ ਹੁਣ ਮੈਂ ਚਾਹੁੰਦੀ ਸੀ ਵੀ ਪੰਜਾਬੀ ਗਾਣਾ ਵੀ ਇੱਕ ਹੋ ਜਾਵੇ। ਬਿਲਕੁਲ, ਦੇਖੋ ਨਾ, ਇਹਨਾਂ ਨੇ ਜਿਹੜੀ ਜੁਗਨੀ ਗਾਈ ਸੀ ਨਾ ਜੀ, ਉਹ ਮੇਰੇ ਚੇਤੇ ਦੇ ਵਿੱਚ ਨਾ ਬੜੀ ਉੱਕਰੀ ਪਈ ਹੈ। ਇਹ ਇਕੱਲੀ ਤੁਹਾਡੀ ਚੇਤੇ 'ਚ ਹੀ ਨਹੀਂ, ਇਹ ਜਿਨ੍ਹਾਂ ਦੇ ਕੋਲ ਵੀ ਇਹਨਾਂ ਦਾ ਨਾਲ ਹੋ, ਉਹ ਜੁਗਨੀ ਦਾ ਜ਼ਿਕਰ ਜ਼ਰੂਰ ਕਰਦੇ ਨੇ। ਉਹ ਜਿਹੜੀ ਨਾ ਕੁਛ ਕੁ ਚੀਜ਼ਾਂ ਜੀ, ਕੁਛ ਕੁ ਤਰਜ਼ਾਂ, ਕੁਛ ਕੁ ਹਰਕਤਾਂ, ਕੁਛ ਕੁ ਅੰਦਾਜ਼ੇ ਬਿਆਨ, ਇਹੋ ਜਿਹਾ ਹੁੰਦਾ ਵੀ ਤੁਹਾਡੇ ਚੇਤੇ ਦੀ ਸਲੇਟ ਦੇ ਉੱਤੇ ਪੱਕੇ ਤੌਰ ਦੇ ਉੱਤੇ ਉਹ ਲਿਖਿਆ ਜਾਂਦਾ, ਉਹ ਜੁਗਨੀ ਮੇਰੇ ਨਾ ਚੇਤੇ 'ਚ ਵਸ ਗਈ ਆ ਜੀ। ਤੇ ਮੈਂ ਆਪਾਂ ਬੇਨਤੀ ਕਰਦੇ ਸਾਂਝੇ ਤੌਰ ਤੇ ਹੀ ਆ, ਸਮੂਹਕ ਹੰਬਲੇ ਹੀ ਹੁੰਦੇ ਅੱਜ ਕੱਲ੍ਹ, ਵੀ ਭਾਈ ਸਾਨੂੰ ਜੁਗਨੀ ਹੈ ਨਾ ਜਿਹੜੀ ਪੂਰੀ ਸੁਣਾ ਦਿਓ ਜੇਕਰ, ਤਾਂ ਫਿਰ ਅਸੀਂ ਸਰਸ਼ਾਰ ਹੋ ਜਾਈਏ। ਜ਼ਰੂਰ ਜੀ, ਜ਼ਰੂਰ ਪੂਰੀ ਸੁਣਾ ਦੇਵਾਂਗੇ ਜੀ। ਅਲਫਲਾਸ਼ਕੇ ਦੀ ਬੂਟੀ ਤੇ ਮੇਰੇ ਮੁਰਸ਼ਦ ਮਨ ਵਿੱਚ ਲਾਈ ਹੂ, ਹੋ ਨਬੀ ਅਸ ਪਾਤ ਦਾ ਪਾਣੀ ਦੇ ਕੇ ਹਰ ਰਗੇ ਹਰ ਜਾਈ ਹੂ, ਹੋ ਜੁਗ ਜੁਗ ਜੀਵੇ ਮੇਰਾ ਮੁਰਸ਼ਦ ਸੋਹਣਾ, ਅਤੇ ਜਿਸ ਬੂਟੀ ਲਾਈ ਹੂ ਫਿਰ ਮੇਰੇ ਆ ਜੁਗਣੀ ਜੀ, ਇਹ ਵੇ ਮੇਰੇ ਪੀਰ ਦੀ ਜੁਗਣੀ ਜੀ, ਇਹ ਵੇ ਮੇਰੇ ਅਲੀ ਦੀ ਜੁਗਣੀ ਜੀ, ਹੋ ਫਿਰ ਮੇਰੇ ਆ ਜੁਗਣੀ ਜੀ, ਹੋ ਦਮ ਗੁਟਕੂ ਦਮ ਗੁਟਕੂ, ਹੋ ਦਮ ਗੁਟਕੂ ਦਮ ਗੁਟਕੂ, ਹੋ ਦਮ ਗੁਟਕੂ ਦਮ ਗੁਟਕੂ, ਦਮ ਗੁਟਕੂ ਦਮ ਗੁਟਕੂ, ਹੋ ਦਮ ਗੁਟਕੂ ਗੁਟਕੂ, ਕਰੇ ਸਾਈ ਅਤੇ ਗਲ ਮਨ ਬੀਦਾ ਬੜੇ ਸਾਈ, ਹੋ ਫਿਰ ਮੇਰੇ ਆ ਜੁਗਣੀ ਜੀ, ਇਹ ਵੇ ਮੇਰੇ ਪੀਰ ਦੀ ਜੁਗਣੀ ਜੀ, ਇਹ ਵੇ ਮੇਰੇ ਅਲੀ ਦੀ ਜੁਗਣੀ ਜੀ, ਹੋ ਫਿਰ ਮੇਰੇ ਆ ਜੁਗਣੀ ਜੀ। ਵਾਹ,
ਅੰਦਰਾ ਚੱਕੋ ਜੀ ਪੂਰਾ ਸੁਣਾਉਣਾ ਹੈ। ਜੁਗਣੀ ਡਿੱਗ ਪਈ ਵਿੱਚ ਰੋਈ, ਜੁਗਣੀ ਡਿੱਗ ਪਈ ਵਿੱਚ ਰੋਈ, ਉੱਥੇ ਰੋ ਰੋ ਕਮਲੀ ਹੋਈ, ਉੱਥੇ ਰੋ ਰੋ ਕਮਲੀ ਹੋਈ, ਜੁਗਣੀ ਡਿੱਗ ਪਈ ਵਿੱਚ ਰੋਈ, ਉੱਥੇ ਰੋ ਰੋ ਕਮਲੀ ਹੋਈ, ਉਹਦੀ ਬਾਤ ਨੀ ਲੈਂਦਾ ਕੋਈ, ਉਹ ਮੁਰਸ਼ਦ ਬਿਨਾ ਹੀ ਮਿਲਦੀ ਟੋਈ ਜੀ, ਫਿਰ ਮੇਰੇ ਆ ਜੁਗਣੀ ਜੀ, ਇਹ ਵੇ ਮੇਰੇ ਪੀਰ ਦੀ ਜੁਗਣੀ ਜੀ, ਓ ਪੀਰ ਮੇਰੇ ਆ ਜੁਗਣੀ ਜੀ, ਇਹ ਵੇ ਮੇਰੇ ਅਲੀ ਦੀ ਜੁਗਣੀ ਜੀ, ਓ ਦਮ ਗੁਟਕੂ ਦਮ ਗੁਟਕੂ, ਓ ਦਮ ਗੁਟਕੂ ਦਮ ਗੁਟਕੂ, ਓ ਦਮ ਗੁਟਕੂ ਦਮ ਗੁਟਕੂ, ਗੁਟਕੂ ਦਮ ਗੁਟਕੂ, ਓ ਦਮ ਗੁਟਕੂ ਗੁਟਕੂ, ਕਰੇ ਸਾਈ ਅਤੇ ਕਲ ਮਨ ਵੀ ਦਾ ਬੜੇ ਸਾਈ, ਫਿਰ ਮੇਰੇ ਆ ਜੁਗਣੀ ਜੀ, ਇਹ ਵੇ ਮੇਰੇ ਪੀਰ ਦੀ ਜੁਗਣੀ ਜੀ, ਇਹ ਵੇ ਮੇਰੇ ਸਾਈ ਦੀ ਜੁਗਣੀ ਜੀ। ਕੋਈ ਜਵਾਬ ਹੀ ਹੈ ਨੀ, ਕੋਈ ਲਫ਼ਜ਼ ਹੀ ਹੈ ਨੀ ਜਿਨ੍ਹਾਂ ਵਿੱਚ ਅਸੀਂ ਇਹ ਬਿਆਨ ਕਰ ਸਕੀਏ ਕਿ ਇੱਥੇ ਬੈਠ ਕੇ ਕੀ ਮਹਿਸੂਸ ਕਰ ਰਹੇ ਹਾਂ। ਵਾਹ ਵਾਹ, ਮੈਂ ਤੁਹਾਨੂੰ ਦੱਸਦਾ ਕਿ ਨਾ ਆਰਫ ਲੋਹਾਰ ਹੋਰਾਂ ਨੇ ਵੀ ਇਹ ਜੁਗਣੀ ਗਾਈ ਤੇ ਅੰਮ੍ਰਿਤਸਰ ਦੇ ਵਿੱਚ ਆਏ ਸੀ ਤੇ ਮੈਂ ਉੱਥੇ ਉਹਨਾਂ ਨੂੰ ਸੁਣਿਆ ਜੀ ਤੇ ਇੰਟਰਵਿਊ ਵੀ ਕੀਤੀ ਸੀ ਜੀ। ਉਹਨਾਂ ਨੇ ਨਾ ਚਿਮਟਾ ਫੜ ਕੇ ਵੀ ਗਾਈ ਸੀ ਤੇ ਚਿਮਟੇ ਨੇ ਜਿਹੜੀਆਂ ਕਰਵਟਾਂ ਬਦਲੀਆਂ, ਉਹ ਕਹਿੰਦੇ ਸੀ ਵੀ ਪਹਿਲਾਂ ਮੈਂ ਨਹੀਂ ਬੋਲਣਾ, ਪਹਿਲਾਂ ਚਿਮਟਾ ਬੋਲੂਗਾ। ਚਿਮਟੇ ਦੀਆਂ ਕਰਵਟਾਂ ਬਦਲੀਆਂ ਸੱਤ, ਫਿਰ ਉਹਨਾਂ ਨੇ ਗਾਇਆ ਉਹ ਜੁਗਨੀ ਤੇ ਅੱਜ ਵਾਲੀ ਜੁਗਨੀ। ਇਹ ਜੁਗਨੀ ਮੇਰੇ ਚੈਨਲ ਕਰਕੇ ਚੇਤੇ ਰਹੀ, ਉਹ ਜੁਗਨੀ ਮੰਚ ਤੇ ਸੁਣਨ ਕਰਕੇ ਚੇਤੇ ਰਹੀ। ਬਹੁਤ ਕਮਾਲ ਸੱਚੀ ਮੁੱਚੀ, ਕੀ ਬਾਤ ਹੈ। ਮੈਂ ਤਾਂ ਨਾ ਸੋਚਦਾ ਕਿ ਪਹਿਲਾਂ ਆਨੰਦਿਤ ਹੋ ਜਾਵਾਂ ਜਿਹੜੀ ਇਹ ਜੁਗਨੀ ਸੁਣੀ ਹੈ। ਅਗਲੀ ਗੱਲ ਹੁਣ ਤੁਸੀਂ ਕਹੋ, ਮੇਰੇ ਕੋਲ ਵੈਸੇ ਹੀ ਲਫ਼ਜ਼ ਮੁੱਕ ਗਏ, ਜਿਹੜੀ ਗੱਲ ਤੁਸੀਂ ਕਹਿੰਦੇ ਹੁੰਦੇ ਹੋ ਸਵਾਦ ਗੜੂੰਦ ਹੋ ਗਿਆ ਮਨ, ਕੀ ਹੀ ਬਾਤ ਹੈ। ਪਰ ਇਹ ਵਾਕਈ ਬਹੁਤ ਚੰਗੀ ਗੱਲ ਹੈ ਕਿ ਤੁਸੀਂ ਇੰਨਾ ਸੁਰੀਲਾ ਤੇ ਇੰਨਾ ਸੋਹਣਾ ਗਾਉਂਦੇ ਹੋ, ਕਿਉਂਕਿ ਅੱਜ ਸਾਡੀ ਜਿਹੜੀ ਤਰਾਸਦੀ ਆ ਉਹ ਇਹੀ ਹੈ ਸਭ ਤੋਂ ਵੱਡੀ, ਕਿ ਜਿਹੜੇ ਚੰਗਾ ਗਾਉਂਦੇ ਨੇ ਉਹ ਬੰਬੇ ਜਾ ਰਹੇ ਨੇ ਤੇ ਜਿਹੜੀ ਪੰਜਾਬ ਦੀ ਇੰਡਸਟਰੀ ਆ ਉਹਦੇ 'ਚ ਬਹੁਤ ਥੋੜੇ ਚੰਗਾ ਗਾਉਣ ਵਾਲੇ ਰਹਿ ਗਏ। ਸਾਡੀ ਗਾਇਕੀ ਨੇ ਇੱਕ ਬਹੁਤ ਕਹਿ ਲਓ ਮਾੜਾ ਜਿਹੜਾ ਮੋੜ ਹੈ ਉਹ ਕੱਟ ਲਿਆ, ਬਹੁਤ ਮਾੜਾ ਜਿਹੜਾ ਉਹਦਾ ਰੁੱਖ ਹੈ। ਅਸੀਂ ਮੰਨ ਕੇ ਰਾਜੀ ਨਾ ਜੀ ਕਿ ਇਹ ਇੱਕ ਨਾਜ਼ੁਕ ਮੋੜ ਆ। ਜੀ ਜੀ ਬਿਲਕੁਲ, ਅਸੀਂ ਇਹ ਕਹਿੰਦੇ ਆ ਕਿ ਦੇਖੋ ਫਿਰ ਉੱਥੇ ਗੱਲ ਆ ਗਈ, ਮਸ਼ਹੂਰ ਤੇ ਮਹਾਨ ਵਿਚਲਾ ਅਸੀਂ ਅੰਤਰ ਨਹੀਂ ਸਮਝਦੇ। ਬਿਲਕੁਲ ਠੀਕ ਹੈ, ਜਦਕਿ ਇਹਨੂੰ ਸਮਝਣ ਦੀ ਲੋੜ ਹੈ। ਵਾਕਈ ਚੰਗਿਆਂ ਨੂੰ ਪਿਆਰਾਂਗੇ, ਮਾੜਿਆਂ ਨੂੰ ਦੁਰਕਾਰਾਂਗੇ ਤਾਂ ਫਿਰ ਗੱਲ ਆ ਜਿਹੜੀ ਉਹ ਸਹੀ ਥਾਂ ਤੇ ਆ ਸਕਦੀ ਹੈ, ਤੇ ਨਹੀਂ ਤਾਂ ਰਜਾਈ 'ਚ ਬੈਠੇ ਜਿੰਨਾ ਮਰਜ਼ੀ ਚਿੰਤਨ ਕਰੀ ਜਾਈਏ ਕੋਈ ਫਰਕ ਨਹੀਂ ਪੈਂਦਾ। ਅੱਛਾ ਜੇ ਪੰਜਾਬੀ ਗਾਣਿਆਂ ਦੀ ਗੱਲ ਕਰੀਏ, ਸੁਣਦੇ ਹੋਵੋਗੇ ਤੁਸੀਂ ਡੈਫੀਨੇਟਲੀ, ਜੀ ਜੀ ਬਿਲਕੁਲ ਸੁਣਦੇ, ਤੇ ਜੇ ਮੌਜੂਦਾ ਪੰਜਾਬੀ ਗਾਇਕੀ ਦੀ ਗੱਲ ਕਰੀਏ, ਤੁਹਾਨੂੰ ਕੀ ਲੱਗਦਾ ਵੀ ਕਿੱਥੇ ਕੁ ਖੜੇ ਹਾਂ ਅਸੀਂ? ਦੋ ਗੱਲਾਂ ਨੇ ਜੀ ਇਹਦੇ 'ਚ ਜੀ, ਇੱਕ ਸਿੰਗਿੰਗ ਦੀ ਔਰ ਇੱਕ ਲਿਰਿਕਲੀ। ਜੇ ਆਪਾਂ ਲਿਰਿਕਲੀ ਦੇਖੀਏ ਤਾਂ ਆਪਾਂ ਬਹੁਤ ਜ਼ਿਆਦਾ ਵੀਕ ਚੱਲ ਰਹੇ ਹਾਂ ਜੀ, ਹਾਲਾਂਕਿ ਮੇਰੀ ਇੰਨੀ ਉਮਰ ਨਹੀਂ ਕਿ ਮੈਂ ਇਹ ਗੱਲ ਕਹਿ ਸਕਾਂ, ਕਿਉਂਕਿ ਸਾਰੇ ਮੇਰੇ ਤੋਂ ਸੀਨੀਅਰ ਨੇ ਜਿੰਨੇ ਵੀ ਪੰਜਾਬੀ ਆਰਟਿਸਟ ਨੇ ਨਾ, ਜਿੰਨੇ ਵੀ ਅੱਜ ਸਾਡੀ ਵਾਲੀ ਸ਼ੁਰੂਆਤ ਹੈ ਜੀ, ਹੈ ਨਾ ਜੀ। ਬਟ ਇੱਕ ਜੋ ਸਿੱਖਿਆ ਘਰ 'ਚੋਂ ਜਾਂ ਜਿਨ੍ਹਾਂ ਨਾਲ ਬਹਿਣੀ ਉੱਠਣੀ ਆ ਉਹਨਾਂ ਤੋਂ ਜੋ ਸਿਖਾਵਟ ਜਿਹੜੀ ਮਿਲੀ ਹੈ ਉਸ ਨਜ਼ਰੀਏ ਨਾਲ ਅਗਰ ਮੈਂ ਦੇਖਾਂ ਤਾਂ ਉਹ ਬਹੁਤ ਜ਼ਿਆਦਾ ਗਲਤ ਚੱਲ ਰਿਹਾ। ਜਾਂ ਹਥਿਆਰਾਂ ਦੀ ਗੱਲ ਲੈ ਲਓ, ਜਾਂ ਤੁਸੀਂ ਵੈਸੇ ਸਾਰੀ ਇਹ ਗੱਲਾਂ ਕਰਦੇ ਨੇ, ਮੈਂ ਵੀ ਕਰੂੰਗਾ ਤਾਂ ਬੁਰੀ ਲੱਗੂਗੀ ਗੱਲ। ਮਤਲਬ ਜੋ ਵੀ ਲਿਰੀਕਲ ਜਿਹੜੀਆਂ ਪ੍ਰੋਬਲਮਸ ਜਿਹੜੀਆਂ ਚੱਲਦੀਆਂ ਪਈਆਂ ਨੇ ਉਹ, ਕਿਉਂਕਿ ਜੀ ਜਿਹੜੇ ਆਰਟਿਸਟ ਨੇ ਉਹ ਜਿਹੜੀ ਸਾਡੀ ਜਿਹੜੀ ਜਨਰੇਸ਼ਨ ਹੈ ਉਹਦੇ ਉਹ ਕੀ ਕਹਿੰਦੇ ਨੇ ਇਹਨਾਂ ਨੂੰ, ਮਤਲਬ ਉਹਨੂੰ ਫੋਲੋ ਕਰਦੀ ਹੈ ਨਾ ਜਿਹੜੀ ਜਨਰੇਸ਼ਨ ਹੈ ਸਾਡੇ ਆਰਟਿਸਟ ਨੂੰ। ਅਤੇ ਇੱਕ ਆਰਟਿਸਟ ਨੂੰ ਇੱਕ ਸੇਧ ਦੇਣੀ ਜ਼ਰੂਰੀ ਹੈ ਜੀ, ਔਰ ਉਹ ਮਿਸਿੰਗ ਹੈ ਸਾਡੀ ਇੰਡਸਟਰੀ ਦੇ ਵਿੱਚ। ਤੁਸੀਂ ਇਹ ਤਹੱਈਆ ਕੀਤਾ ਕਿ ਨਹੀਂ ਕਿ ਤੁਸੀਂ ਕਦੇ ਦੋ ਅਰਥਾਂ ਕੋਈ ਹਥਿਆਰ ਬਾਰੇ, ਕੋਈ ਬੰਦੂਕ ਬਾਰੇ, ਕੋਈ ਨਸ਼ੇ ਬਾਰੇ ਗਾਓਗੇ? ਨਹੀਂ ਜੀ, ਅਸੀਂ ਕਦੇ ਨਹੀਂ ਗਾਵਾਂਗੇ, ਨਾ ਹੀ ਸਾਡੇ ਤੋਂ ਪ੍ਰਮਾਤਮਾ ਗਵਾਵੇ। ਕੀ ਹੁਣ ਤੱਕ ਕੋਈ ਪੇਸ਼ਕਸ਼ ਹੋਈ ਹੈ? ਹਿੰਦੀ ਫਿਲਮ ਦੇ ਵਿੱਚ ਇਹ ਮੰਗ ਰੱਖਤੀ ਜੀ ਵੀ ਭਾਈ ਮੈਂ ਟੱਲੀ ਹੋ ਗਿਆ ਨਸ਼ੇ ਮੇ, ਤੇ ਮੈਨੇ ਤੋਂ ਤੀਨ ਪੈਗ ਲਗਾ ਲਈ ਹੈ, ਮੈਨੇ ਤੋਂ ਇਹ ਕਰ ਦਿਆ, ਮੈਨੇ ਤੋਂ ਉਹ ਕਰ ਦਿਆ, ਇਹੋ ਜਿਹਾ ਬਿਲਕੁਲ ਨਾ ਕਰ ਦਿਓਗੇ? ਨਹੀਂ ਦੇਖੋ, ਹਥਿਆਰ ਔਰ ਨਸ਼ਾ ਔਰ ਦਾਰੂ ਇੱਕ ਇੱਕ ਸਰੂਰ ਦੀ ਗੱਲ ਹੈ। ਸਰੂਰ ਤੁਹਾਨੂੰ ਕਿਸੇ ਵੀ ਚੀਜ਼ ਦਾ ਹੋ ਸਕਦਾ ਜੀ, ਉਹ ਜ਼ਰੂਰੀ ਨਹੀਂ ਕਿ ਤੁਹਾਨੂੰ ਨਸ਼ੇ ਦਾ ਹੀ ਸਰੂਰ ਹੈ, ਤੁਹਾਨੂੰ ਆਪਣੇ ਮਾਂ ਪਿਓ ਦਾ ਸਰੂਰ ਹੈ, ਤੁਹਾਨੂੰ ਭੈਣ ਭਰਾ ਦਾ, ਤੁਹਾਨੂੰ ਆਪਦੀ ਕਲਾ ਨਾਲ ਤੁਹਾਨੂੰ ਸਰੂਰ ਹੈ। ਉਹ ਤਾਂ ਬਿਲਕੁਲ ਸਹੀ ਗੱਲ ਹੈ, ਪਰ ਆਪਾਂ ਇਹਨੇ ਕਹਾਂਗੇ ਵੀ ਤੇਰੀਆਂ ਅੱਖਾਂ 'ਚੋਂ ਤਿੰਨ ਪੈਗ ਲਾ ਲਾਂ ਭਰ ਕੇ ਮੈਂ, ਉਹ ਤਾਂ ਉਹਨੂੰ ਫਿਰ ਭਾਈ ਕਿਤੇ ਡਾਕਟਰ ਡੂਕਟਰ ਕੋਲ ਜਾ ਕੇ ਬੂੰਦਾ ਪਾਉਣ ਦੀ ਲੋੜ ਹੈ ਨਾ। ਜਿਹੜੀ ਹਥਿਆਰ ਔਰ ਨਸ਼ੇ ਵਾਲੀ ਗੱਲ ਹੈ ਜੀ, ਇਹ ਬਹੁਤ ਵੱਡਾ ਮੁੱਦਾ ਹੈ ਜੀ, ਇਹ ਤੇ ਅਸੀਂ ਕਦੇ ਵੀ ਕੁਛ ਨਹੀਂ ਗਾਵਾਂਗੇ। ਵਾਹ, ਬਹੁਤ ਬਹੁਤ ਪੂਰੀ ਕੋਸ਼ਿਸ਼ ਹੈ, ਔਰ ਨਾ ਹੀ ਸਾਨੂੰ ਅਪਰੋਚ ਵੀ ਨਹੀਂ ਜੀ ਕੋਈ ਕਰਦਾ, ਕਿਉਂਕਿ ਮਾਲਕ ਦੀ ਕਿਰਪਾ ਨਾਲ ਸਾਡੀ ਛਵੀ ਇਹੋ ਜਿਹੀ ਬਣੀ ਹੋਈ ਹੈ, ਸਾਨੂੰ ਕੋਈ ਇਹੋ ਜਿਹੇ ਗਾਣੇ ਲਈ ਅਪਰੋਚ ਵੀ ਨਹੀਂ ਕਰਦਾ, ਅਤੇ ਨਾ ਹੀ
ਅਸੀਂ ਗਾਵਾਂਗੇ ਤਾਂ ਨਾ ਹੀ ਸਾਨੂੰ ਕੋਈ ਅਪਰੋਚ ਕਰੂਗਾ ਜੀ। ਇੱਕ ਹੋਰ ਬੜਾ ਮੇਰੇ ਮਨ ਦੇ ਵਿੱਚ ਸਵਾਲ ਆਉਂਦਾ, ਕਿਉਂਕਿ ਕਈ ਮੁਕਾਬਲੇਬਾਜ਼ ਨੇ ਜਿਹੜੇ ਮੁੰਡੇ ਕੁੜੀਆਂ ਉਹ ਜਿੱਤੇ ਆ ਵੱਖ ਵੱਖ ਮੁਕਾਬਲਿਆਂ 'ਚ, ਉਹ ਦੇ ਕੇ ਉਹਨਾਂ ਨੂੰ ਇੱਕ ਲੱਕੜ ਦਾ ਕੁੱਕੜ ਜਿਹਾ ਤੋਰ ਦਿੰਦੇ ਆ ਜੀ ਜੀ, ਇਹ ਭਾਈ ਆਹ ਲੈ ਤੈਨੂੰ ਅਸੀਂ ਪਹਿਲੇ ਨੰਬਰ ਦਾ ਜੇਤੂ ਬਣਾਤਾ, ਤੀਜੇ ਨੰਬਰ ਤੇ ਰਿਹਾ ਤੂੰ, ਪੰਜਵੇਂ ਤੇ ਰਿਹਾ, ਉਹ ਦੇ ਕੇ ਇੱਕ ਉਹ ਸ਼ੀਲਡ ਕਹਿੰਦੇ ਉਹਨੂੰ, ਸਨਮਾਨ ਚਿੰਨ, ਉਹਨੂੰ ਥਾਪੀ ਦੇ ਕੇ ਤੋਰ ਦਿੰਦੇ ਆ। ਬਹੁਤ ਵੱਡੀ ਗਿਣਤੀ ਦੇ ਵਿੱਚ ਉਹ ਜੇਤੂ ਜਾਂ ਅਜੇਤੂ ਵੀ ਉਸ ਭੀੜ ਦਾ ਹਿੱਸਾ ਬਣ ਗਏ, ਉਹਨਾਂ ਦੀ ਕੋਈ ਬਾਅਦ ਦੇ ਵਿੱਚ ਪਛਾਣ ਬਰਕਰਾਰ ਨਹੀਂ ਰਹੀ। ਇਹ ਚੈਨਲਾਂ ਵਾਲੇ ਸਿਰਫ ਉਨੀ ਦੇਰ ਤੱਕ ਹੀ ਬੰਦੇ ਨੂੰ ਵਰਤਦੇ ਆ ਜਾਂ ਬਾਅਦ ਦੇ ਵਿੱਚ ਵੀ ਥਾਪੜਾ ਦਿੰਦੇ ਵੀ ਨਾਲ ਖੜੇ ਆ, ਦੱਸ ਕੀ ਲੋੜ ਆ? ਦੇਖੋ ਜੀ, ਮਤਲਬ ਗੱਲ ਇੱਦਾਂ ਕਿ ਜਿੰਨੀ ਕੁ ਪ੍ਰਮੋਸ਼ਨ ਸਾਡੀ ਜਿਹੜੀ ਔਨ ਸਕਰੀਨ ਜਿਹੜੀ ਚੈਨਲ 'ਤੇ ਰਹਿ ਕੇ ਹੋ ਜਾਂਦੀ ਹੈ ਜੀ, ਸ਼ਾਇਦ ਅਸੀਂ ਆਪਦੀ ਜੇਬ 'ਚੋਂ ਦੋ ਚਾਰ ਕਰੋੜ ਰੁਪਇਆ ਵੀ ਲਾ ਦਈਏ ਤਾਂ ਵੀ ਨਹੀਂ ਹੋ ਸਕਦਾ, ਬਿਲਕੁਲ ਸਹੀ ਹੈ ਨਾ। ਲੇਕਿਨ ਚੈਨਲ ਨੂੰ ਹੋਰ ਬਹੁਤ ਕੰਮ ਨੇ ਜੀ, ਉਹ ਇੱਕ ਸ਼ੋਅ ਬਣਾਉਂਦੇ ਨੇ, ਉਹ ਸ਼ੋਅ ਬਣਾ ਕੇ ਉਹਨਾਂ ਨੂੰ ਮਤਲਬ ਟੀ ਆਰ ਪੀ ਨਾਲ ਸ਼ੋਅ ਉਹਨਾਂ ਦਾ ਹਿੱਟ ਹੋਣਾ ਚਾਹੀਦਾ ਜੀ, ਉਹ ਉਸ ਸ਼ੋਅ ਦੌਰਾਨ ਸਾਨੂੰ ਇੰਨਾ ਕੁ ਵੱਡਾ ਕਰ ਦਿੰਦੇ ਨੇ, ਉਸ ਤੋਂ ਜਿਹੜੀ ਅੱਗੇ ਦੀ ਜਿਹੜੀ ਰੇਸ ਹੈ ਉਹ ਅਸੀਂ ਆਪ ਭੱਜਣੀ ਹੈ ਜੀ। ਅੱਛਾ, ਉਸ ਤੋਂ ਬਾਅਦ ਉਹਨਾਂ ਦਾ ਕੋਈ ਯੋਗਦਾਨ ਨਹੀਂ ਹੁੰਦਾ, ਇਨਫੈਕਟ ਜਿਹੜੇ ਸ਼ੋਅਸ ਹੁੰਦੇ ਨੇ ਉਹ ਵੀ ਸਾਈਨ ਕਰ ਲੈਂਦੇ ਨੇ ਉਹ, ਮਤਲਬ ਹੈ ਨਾ, ਅਤੇ ਜਿੱਦਾਂ ਅਸੀਂ ਦੋਨੋਂ ਭਰਾਵਾਂ ਨੇ ਅਸੀਂ ਕਿਸੇ ਨਾਲ ਕੋਈ ਸਾਈਨ ਨਹੀਂ ਹੈਗੇ, ਅਸੀਂ ਅਸੀਂ ਕਲਰਸ ਨਾਲ ਵੀ ਅਸੀਂ ਸਾਈਨ ਨਹੀਂ ਹੈਗੇ, ਅਤੇ ਉਹ ਜਿਹੜੀ ਇੱਕ ਹਾਈ ਪੈਨਿਕ ਬਣ ਜਾਂਦੀ ਇੱਕ ਆਰਟਿਸਟ ਦੀ, ਲੋਕ ਫੋਟੋਆਂ ਕਰਵਾਉਂਦੇ ਨੇ, ਹੈ ਨਾ, ਅਤੇ ਔਰ ਇੱਕ ਇਹ ਨਹੀਂ ਗੱਲ ਕਹਿੰਦਾ ਮੈਂ ਕਿ ਉਮੀਦ ਨਹੀਂ ਹੁੰਦੀ, ਇੱਕ ਉਮੀਦ ਹੁੰਦੀ ਹੈ ਕਿ ਚੈਨਲ ਸਾਡੇ ਲਈ ਜ਼ਰੂਰ ਕੁਛ ਕਰੇਗਾ, ਲੇਕਿਨ ਜਿੰਨੇ ਵੀ ਮੇਰੇ ਜਿਹੜੇ ਸਾਡੇ ਹਮ ਉਮਰ ਨੇ ਜਿਹੜੇ ਰਿਐਲਿਟੀ ਸ਼ੋਅਜ਼ ਦੇ ਵਿੱਚ ਜਿਹੜੇ ਜਾਂਦੇ ਨੇ, ਮੈਂ ਉਹਨਾਂ ਨੂੰ ਇੱਕੋ ਮੈਸੇਜ ਦੇਣਾ ਚਾਹੂੰਗਾ ਕਿ ਇਹ ਜਿਹੜੀ ਦੌੜ ਆ ਜਿਹੜੀ ਅੱਗੇ ਵਧਣ ਵਾਲੀ, ਫਿਰ ਆਪਾਂ ਨੂੰ ਸ਼ੋਅ ਦੇ ਵਿੱਚ ਵੀ ਆਪਾਂ ਆਡੀਸ਼ਨ ਦੇ ਕੇ ਗਏ ਸੀ, ਅਤੇ ਜੇ ਅੱਗੇ ਮਾਰਕੀਟ 'ਚ ਕੰਮ ਕਰਨਾ ਆਪਣੇ ਪੈਰਾਂ ਨਾਲ ਹੀ ਦੌੜਨਾ ਆਪਣੇ ਆਪ ਹੀ ਰੇਸ ਭੱਜਣੀ ਪੈਣੀ ਹੈ ਜੀ, ਕੋਈ ਕਿਸੇ ਲਈ ਕੁਛ ਨਹੀਂ ਕਰ ਦਿੰਦਾ ਜੀ, ਅਤੇ ਆਪ ਹੀ ਮਿਹਨਤ ਕਰਨੀ ਪੈਣੀ ਹੈ ਜੀ। ਮੈਨੂੰ ਲੱਗਦਾ ਬਹੁਤੇ ਮਾਰ ਵੀ ਇਸੇ ਲਈ ਖਾ ਜਾਂਦੇ ਨੇ ਕਿ ਉਹ ਉਮੀਦ ਇੱਕੋ ਥਾਂ ਤੋਂ ਰੱਖਦੇ ਨੇ ਵੀ ਜੇ ਅਸੀਂ ਇਸ ਸ਼ੋਅ 'ਚ ਆ ਤੇ ਇਹੀ ਹੁਣ ਸਾਰਾ ਕੁਝ ਅੱਗੇ ਵੇਖਣਗੇ, ਅਸੀਂ ਆਪਣੇ ਪੈਰੀਂ ਕੁਛ ਨਾ ਕਰੀਏ, ਹੈ ਨਾ। ਇੱਕ ਮੈਨੂੰ ਹੋਰ ਦੱਸੋ ਵੀ ਜਦੋਂ ਤੁਸੀਂ ਕਿਸੇ ਮੁਕਾਬਲੇ 'ਚ ਹਿੱਸਾ ਲੈਂਦੇ ਹੋ, ਕਿਸੇ ਵੀ ਨੰਬਰ ਦੇ ਉੱਤੇ ਆਉਂਦੇ ਹੋ, ਉਹ ਬਾਅਦ ਦੀ ਗੱਲ ਹੈ, ਪਰ ਕਈ ਵਾਰ ਖੁਸ਼ ਹੋ ਕੇ ਜਿਹੜੇ ਜੱਜ ਸਾਹਿਬਾਨ ਆ ਮੂਹਰੇ ਬੈਠੇ ਹੁੰਦੇ ਆ, ਉਹ ਕਹਿੰਦੇ ਕਮਾਲ ਕਰ ਦੀ ਆਪਨੇ ਤੋ ਮੈਂ ਆਪਣੀ ਅਗਲੀ ਫਿਲਮ ਮੇ ਆਪਕੋ ਗਵਾਉਂਗਾ, ਮੈਂ ਆਪਕੇ ਲਈ ਇਹ ਕਰੂੰਗਾ, ਮੈਂ ਤੇਰੇ ਲਈ ਗਾਣਾ ਤਿਆਰ ਕਰੂੰਗਾ, ਉਹ ਸੱਚੀ ਮੁੱਚੀ ਕਰਦੇ ਵੀ ਕਿ ਬਾਅਦ ਦੇ ਵਿੱਚ ਜਿਵੇਂ ਥਾਪੜਾ ਹੀ ਹੁੰਦਾ? ਸਾਡੇ ਨਾਲ ਤਾਂ ਹੋਇਆ ਜੀ ਇਦਾਂ, ਕਿਉਂਕਿ ਡਿਊਰਿੰਗ ਸ਼ੋਅ ਸ਼ੰਕਰ ਸਰ ਨੇ ਸਾਡੇ ਨਾਲ ਪ੍ਰੋਮਿਸ ਕੀਤਾ ਸੀਗਾ ਕਿ ਜਿਹੜੀ ਮੂਵੀ ਆ ਰਹੀ ਹੈ ਸੂਰਮਾ ਦਿਲਜੀਤ ਭਾਜੀ ਦੀ, ਉਹਦੇ ਵਿੱਚ ਤੁਸੀਂ ਸਾਡੇ ਲਈ ਪਲੇਬੈਕ ਕਰੋਗੇ, ਔਰ ਉਹਨਾਂ ਨੇ ਸਾਡੇ ਤੋਂ ਗਵਾਇਆ ਵੀ ਹੈ, ਅਸੀਂ ਇੱਕ ਗਾਣਾ ਕਰਨ ਗਏ ਸੀ, ਸਾਡੇ ਤੋਂ ਦੋ ਗਾਣੇ ਕਰਾਏ ਉਹਨਾਂ ਨੇ, ਬਹੁਤ ਤੇ ਦੋਵੇਂ ਫਿਲਮਾਂ 'ਚ ਪੈ ਗਏ, ਵੀ ਵੱਡੀ ਗੱਲ ਹੈ, ਬਿਲਕੁਲ, ਕੀ ਬਾਤ ਹੈ, ਬਹੁਤ ਪ੍ਰਮਾਤਮਾ ਨੇ ਮਿਹਰ ਕੀਤੀ ਜੀ ਸਾਡੇ ਤੇ, ਦੁਆਵਾਂ ਜਿਹੜੇ ਸਾਡੇ ਚਾਹਣ ਵਾਲੇ ਜਿਹੜੇ ਪਿਆਰ ਕਰਦੇ ਨੇ, ਔਰ ਪਹਿਲਾ ਡੈਬਿਊ ਸ਼ੰਕਰ ਅਹਿਸਾਨ ਲੋਇ ਸਰ ਦਾ ਮਿਊਜ਼ਿਕ, ਔਰ ਗੁਲਜ਼ਾਰ ਸਾਹਿਬ ਦੇ ਲਿਰਿਕਸ, ਔਰ ਦਿਲਜੀਤ ਭਾਜੀ ਦੀ ਐਕਟਿੰਗ, ਗੀਤ ਗਵਾ ਕੇ ਰੱਖ ਲੈਂਦੇ ਆ, ਤੇ ਬਾਅਦ ਦੇ ਵਿੱਚ ਬੈਂਕ ਦੇ ਵਿੱਚ ਜਮਾ ਕਰ ਦਿੰਦੇ, ਲੋਕਰ ਚ ਰੱਖ ਦਿੰਦੇ ਆ, ਵੀ ਪਤਾ ਨੀ ਉਹ ਕਿਹੜੇ ਵੇਲੇ ਨਿਕਲਣਾ, ਵੀ 7 ਸਾਲਾਂ ਬਾਅਦ ਜਿਵੇਂ ਐਫਡੀ ਦੁੱਗਣੀ ਹੁੰਦੀ ਆ, ਵੀ ਸ਼ਾਇਦ ਉਹ 12 ਜਣੇ ਉਹ 24 ਹੋ ਕੇ ਨਿਕਲਣਗੇ, ਇਹ ਪਤਾ ਨਹੀਂ ਲੱਗਦਾ ਗਾ, ਤੇ ਉਹ ਕਲਾਕਾਰ ਵੀ ਕਈ ਵਾਰ ਭੁੱਲ ਜਾਂਦਾ ਵੀ ਤਾਂ ਮੈਂ ਗਾਏ ਸੀ, ਬਿਲਕੁਲ ਠੀਕ, ਇਸ ਕਰਕੇ ਇਹਨਾਂ ਦੇ ਨਾਲ ਇਹੋ ਜਿਹਾ ਤਜਰਬਾ ਨਹੀਂ ਹੋਇਆ ਤੇ ਕਦੇ ਨਾ ਹੋਵੇ ਜੀ, ਮੈਨੂੰ ਇਹ ਚੰਗਾ ਲੱਗੂਗਾ ਜੇ ਨਾ ਹੋਵੇ ਜੀ। ਤੇ ਹੁਣ ਸੂਰਮਾ ਦਾ ਸੈਕੰਡ ਗਾਣਾ ਵੀ ਸੁਣ ਲਈ, ਤੁਸੀਂ ਤਾਂ ਦੂਜਾ ਕਹੋ, ਦੂਜਾ, ਅਸੀਂ ਅੰਗਰੇਜ਼ੀ ਤੋਂ ਗੁਰੇਜ਼ ਕਰਦੇ ਆ, ਹਾਂ ਅਸੀਂ ਪੰਜਾਬੀ ਬੋਲਦੇ ਆ, ਅਸੀਂ ਪੰਜਾਬ ਦੇ ਵਿੱਚ ਰਹਿੰਦੇ ਆ, ਪੰਜਾਬੀ ਬੋਲਦੇ ਆ, ਪੰਜਾਬੀ ਦਾ ਦਿੱਤਾ ਖਾਂਦੇ ਆ, ਕਈ ਕਹਿੰਦੇ ਹੁੰਦੇ ਅਸੀਂ ਮਾਂ ਬੋਲੀ ਦੀ ਸੇਵਾ ਕਰਦੇ ਹਾਂ, ਕੋਈ ਸੇਵਾ ਨਹੀਂ ਕਰਦਾ, ਮਾਂ ਬੋਲੀ ਸਾਡੀ ਸੇਵਾ ਕਰਦੀ, ਉਲਟਾ ਸਾਡੀ ਰੋਜ਼ੀ ਦੀ ਸਾਡੀ ਰੋਟੀ ਦੀ ਭਾਸ਼ਾ ਹੈ ਜੀ, ਬਿਲਕੁਲ। ਤੇ ਇਹ ਜਦੋਂ ਅੰਗਰੇਜ਼ੀ ਬੋਲਦੇ ਆ ਨਾ, ਫਿਰ ਅਸੀਂ ਇੱਕ ਦੂਜੇ ਨੂੰ ਟੋਕ ਦਿੰਦੇ ਹਾਂ, ਹਾਂ ਅਸੀਂ ਆਪਣੇ ਲਾਸਟ ਜਿਹੜੇ ਸਹੀ ਕਰ ਲੈਂਦੇ ਆ, ਅਸੀਂ ਆਪਦੇ ਮਹਿਮਾਨ ਨੂੰ ਦਿੰਨੇ ਆ, ਕਿਉਂਕਿ ਉਹਨੂੰ ਪਤਾ ਨਹੀਂ ਹੁੰਦਾ ਦੂਜਾ, ਹਾਂ ਸੂਰਮਾ ਦਾ ਦੂਜਾ। ਬਟ ਮੈਂ ਇੱਕ ਗੱਲ ਕਹਿਣੀ ਚਾਹੂੰਗਾ ਜੀ, ਜਿਵੇਂ ਸਪੋਜ਼ ਜਿਵੇਂ ਆ ਦੇਖੋ, ਹੁਣ ਮੈਨੂੰ ਆ ਸਪੋਜ਼ ਦਾ, ਮੈਨੂੰ ਪੰਜਾਬੀ 'ਚ ਮੈਨੂੰ ਵਰਡ ਨਹੀਂ ਪਤਾ ਕੀ ਹੈ ਜੀ, ਇਹ ਕੀ ਹੈਲਪਿੰਗ ਹੋਏ, ਹੈਲਪ ਲੈ ਲੈਂਦੇ ਆਪਾਂ, ਔਰ ਜੇ ਪਿਓਰ ਜੇ ਪੰਜਾਬੀ ਬੋਲੀ ਜਾਵੇ ਤਾਂ ਉਹਦੇ ਵਰਗਾ ਤਾਂ ਮਜ਼ਾ ਹੀ ਨਹੀਂ ਜੀ। ਅਸਲ ਦੇ ਵਿੱਚ ਨਾ ਇਹ ਕੁਸਪੈਠ ਹੋ ਗਈ ਨਾ ਸਾਡੀ ਬੋਲਚਾਲ ਦੇ ਵਿੱਚ, ਕੁਸਪੈਠ ਹੋ ਗਈ, ਅਸੀਂ ਉਹਨਾਂ ਚੀਜ਼ਾਂ ਨੂੰ ਅਪਣਾਉਣਾ ਸ਼ੁਰੂ ਕਰਤਾ, ਗਾਣਾ ਵੀ ਹੋ ਗਿਆ ਨਾ, ਤੁਸੀਂ ਦੇਖੋ ਗਾਣੇ ਜਿੰਨੇ ਮਰਜ਼ੀ ਸੁਣ ਲਓ, ਅੱਧਾ ਅੰਗਰੇਜ਼ੀ ਦੇ ਵਿੱਚ ਅੱਧਾ ਪੰਜਾਬੀ ਦੇ ਵਿੱਚ, ਅਸੀਂ ਉਹਨੂੰ ਹੁਣ ਮਤਲਬ ਧਿਆਨ ਨਹੀਂ ਦਿੰਦੇ ਵੀ ਜੇ ਬੋਲਤਾ ਤੇ ਬੋਲਤਾ ਕੋਈ ਗੱਲ ਨਹੀਂ, ਹੈ ਨਾ, ਅਸੀਂ ਕਦੀ ਇਹ ਦਿਮਾਗ ਤੇ ਜ਼ੋਰ ਹੀ ਨਹੀਂ ਪਾਉਂਦੇ ਕਿ ਇਹਦਾ ਪੰਜਾਬੀ ਦੇ ਵਿੱਚ ਕੀ ਮਤਲਬ ਹੋਏਗਾ, ਕੀ ਸ਼ਬਦ ਹੋਏਗਾ, ਹੈ ਨਾ, ਆਪਾਂ ਆਪਣਾ ਕੰਮ ਕੱਢਦੇ ਔਰ ਨਿਕਲ ਜਾਂਦੇ ਹਾਂ ਗੱਲ ਕਰਕੇ, ਇਹ ਗੱਲ ਪੱਲੇ ਬਾਹਰ ਨਿਕਲੋ ਜੀ। ਅੱਜ ਕੱਲ੍ਹ ਤਾਂ
ਸਤਿ ਸ਼੍ਰੀ ਅਕਾਲ SSA ਬਣ ਗਈ ਜੀ। ਦੂਸਰਾ ਗਾਣਾ ਬੜਾ ਬਹੁਤ ਹੀ ਪਿਆਰਾ, ਸਾਡੇ ਦੋਨਾਂ ਭਰਾਵਾਂ ਦੇ ਬਹੁਤ ਦਿਲ ਦੇ ਕਰੀਬ ਹੈ, ਸਿਚੁਏਸ਼ਨਲ ਗਾਣਾ ਜੀ, ਆਪ ਸਭ ਦੀ ਨਜ਼ਰ ਪੇਸ਼ ਕਰਨੇ। ਤੇਰੇ ਬਿਨਾਂ ਜੀਣਾ ਧੋਖਾ ਲੱਗਦਾ ਏ, ਤੇਰੇ ਬਿਨਾਂ ਜੀਣਾ ਔਖਾ ਲੱਗਦਾ ਏ, ਆਉਂਦੀਆਂ ਯਾਦਾਂ ਜਾਂਦੀਆਂ ਨੇ, ਦਿਲ ਦੀ ਪੀੜਾਂ ਜਾਂਦੀਆਂ ਨੇ, ਜ਼ਿੰਦਗੀ ਨੂੰ ਕਿਵੇਂ ਮਨਾਵਾਂ ਪਰਦੇਸੀਆ ਪਰਦੇਸੀਆ ਓ ਪਰਦੇਸੀਆ ਹੋ ਪਰਦੇਸੀਆ, ਤੇਰੇ ਬਿਨਾਂ ਜੀਣਾ ਧੋਖਾ ਲੱਗਦਾ ਏ, ਤੇਰੇ ਬਿਨਾਂ ਜੀਣਾ ਔਖਾ ਲੱਗਦਾ ਏ। ਵਾਹ ਜੱਜ ਦਾ ਵਿਚਾਰ। ਅੱਛਾ ਇੱਕ ਦੱਸੋ ਬਈ ਅਖਤਰ ਭਰਾਵੋ ਜੀ, ਕਿ ਨਿਸ਼ਾਨਾ ਹੁੰਦਾ ਹਰ ਬੰਦੇ ਦਾ ਕਿ ਮੈਂ ਇੱਥੋਂ ਤੱਕ ਪਹੁੰਚਣਾ, ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਗੋਲ ਅਚੀਵ ਕਰਨਾ, ਠੀਕ ਹੈ, ਬਿਲਕੁਲ ਠੀਕ ਹੈ। ਉਹ ਕਿਹੜਾ ਨਿਸ਼ਾਨਾ ਤੁਹਾਡਾ? ਲਿਮਿਟੇਸ਼ਨਸ ਨਹੀਂ ਹੈਗੀਆਂ ਜੀ ਨਿਸ਼ਾਨੇ ਦੀਆਂ। ਨਿਸ਼ਾਨਾ ਇੰਨਾ ਕਾ ਵੀ ਜਦੋਂ ਅਸੀਂ ਕੁਛ ਸਾਲਾਂ ਬਾਅਦ ਇਸ ਦੁਨੀਆਂ 'ਤੇ ਨਹੀਂ ਰਹਿਣਾ ਅਤੇ ਦੁਨੀਆ ਸਾਡੇ ਗਾਣੇ ਸੁਣੇ ਔਰ ਸਾਨੂੰ ਯਾਦ ਕਰੇ ਔਰ ਸਾਨੂੰ ਫਿਰ ਤੋਂ ਮਿਲਣ ਦੀ ਇੱਛਾ ਰੱਖੇ ਜੀ, ਵਾਹ ਵਾਹ, ਅਤੇ ਮਾਲਕ ਮੁਰੇ ਇਹੀ ਦੁਆ ਜੀ। ਜਿਵੇਂ ਤੁਸੀਂ ਕਹਿੰਦੇ ਹੋ ਕਿ ਮਸ਼ਹੂਰ ਹੋਣਾ ਔਰ ਮਹਾਨ ਵਿੱਚ ਫਰਕ ਹੈ, ਅਤੇ ਬੜੀ ਵੱਡੀ ਤੁਸੀਂ ਗੱਲ ਕਹੀ ਜੀ, ਸੋਚ ਉਹੀ ਹੈ ਲੇਕਿਨ ਉਹਨੂੰ ਜਿੱਦਾਂ ਵਰਡਸ ਦੇ ਵਿੱਚ ਤੁਸੀਂ ਅੱਜ ਡਿਸਕ੍ਰਾਈਬ ਕੀਤਾ ਅਤੇ ਉਹ ਮਹਿਸੂਸ ਕੀਤੀ ਗੱਲ ਕਿ ਯਾਰ ਅਸੀਂ ਸਾਡਾ ਨਿਸ਼ਾਨਾ ਹੀ ਹੈ। ਫਿਰ ਤੁਹਾਨੂੰ ਬਹੁਤ ਸਾਰਾ ਪੜ੍ਹਨਾ ਵੀ ਪਊਗਾ। ਹਾਂਜੀ, ਤੁਸੀਂ ਪੜ੍ਹਦੇ ਕਿੰਨਾ ਹੋ? ਪੜ੍ਹਦੇ ਨਹੀਂ ਹੈਗੇ ਜੀ ਅਸੀਂ। ਤੁਸੀਂ ਨਹੀਂ ਜੀ? ਕੁਛ ਸਾਹਿਤ ਦੀਆਂ ਕਿਤਾਬਾਂ ਦੇ ਨਾਲ ਪਿਆਰ ਮੁਹੱਬਤ ਮੇਰੇ ਫੋਨ ਦੇ ਵਿੱਚ ਵੀ ਦੇਖਿਓ ਜਿੱਦਾਂ ਸਾਰੇ ਅੱਜ ਤੱਕ ਹੋ ਗਿਆ CNV ਜਿੰਨੇ ਵੀ ਨਿਊਜ਼ ਚੈਨਲਸ ਨੇ ਹਨਾ ਹੈਗੇ ਨੇ ਤੇ ਉਹਦੇ ਚ ਜਿਹੜੀ ਕੋਈ ਪਰਟੀਕੁਲਰ ਜਿਹੜੀ ਬਹੁਤ ਪਾਪੂਲੈਰਿਟੀ ਵਾਲੀ ਜਿਹੜੀ ਨਿਊਜ਼ ਹੁੰਦੀ ਉਹੀ ਪੜ੍ਹਦੇ ਹਾਂ, ਸਹੀ, ਜਾਂ ਕਿਸੇ ਚੰਗੇ ਸੈਲਬ ਦੀ ਆ ਗਈ ਜਾਂ ਕਿਸੇ ਪੋਲੀਟੀਸ਼ੀਅਨ ਦੀ ਆ ਗਈ, ਹੈ ਨਾ, ਕਿ ਦੁਨਿਆਵੀ ਗੱਲਾਂ ਜਿਹੜੀਆਂ ਉਹਨਾਂ ਬਾਰੇ ਥੋੜ੍ਹਾ ਜਿਹਾ, ਬਟ ਇੱਕ ਜਿੱਥੋਂ ਸਿੱਖਤ ਮਿਲਣੀ ਹੈ ਜਿੱਥੋਂ ਉਹ ਚੀਜ਼ ਥੋੜ੍ਹਾ ਜਿਹਾ ਕਮੀ ਹੈਗੀ ਹੈ, ਬਿਲਕੁਲ ਸਹੀ, ਅਤੇ ਬਟ ਉਹ ਕੋਸ਼ਿਸ਼ ਕਰਾਂਗੇ ਕਿ ਅਸੀਂ ਹੌਲੀ ਹੌਲੀ। ਤੁਸੀਂ ਨਾ ਜਿਵੇਂ ਅਮਿਤਾਭ ਬੱਚਨ ਆ ਜਾਂ ਹੋਰ ਕਈ ਵੱਡੇ ਕਲਾਕਾਰ ਸਾਹਿਤਕਾਰ ਖਿਡਾਰੀ ਉਹਨਾਂ ਦੀਆਂ ਜੀਵਨੀਆਂ ਪੜ੍ਹੋ, ਸਵੈ ਜੀਵਨੀਆਂ ਉਹਨਾਂ ਦੀਆਂ, ਉਹਨਾਂ ਨੇ ਜ਼ਿੰਦਗੀ ਦੇ ਅਨੁਭਵ ਕਿਵੇਂ ਲਿਖੇ ਆ। ਮਿਲਖਾ ਸਿੰਘ ਉੱਡਣਾ ਸਿੱਖ ਉਹਦੀ ਨਾ ਸਵੈ ਜੀਵਨੀ ਹੈ, ਉਹ ਪੜ੍ਹਿਓ। ਉਹਦੇ ਵਿੱਚ ਉਹਨਾਂ ਨੇ ਲਿਖਿਆ ਵੀ ਜ਼ਿੰਦਗੀ ਦੇ ਵਿੱਚ 1-2 ਸੈਕਿੰਡਾਂ ਦੀ ਕੀ ਅਹਿਮੀਅਤ ਆ। ਉਹ ਕਹਿੰਦੇ ਵੀ ਮੈਂ ਟਰੈਕ ਦੇ ਉੱਤੇ ਹਾਂ, ਮੈਂ ਦੌੜਨ ਵਾਲੀ ਜਿਹੜੀ ਪੱਟੀ ਹੁੰਦੀ ਆ ਉਹਦੇ 'ਤੇ ਹਾਂ, ਮੈਂ ਸਭ ਤੋਂ ਮੂਹਰੇ ਜਾ ਰਿਹਾ, ਮੇਰੇ ਮਨ ਦੇ ਵਿੱਚ ਇਹ ਆਇਆ ਵੀ ਮੈਂ ਦੇਖਦਾ ਵਾਂ ਮਗਰਲਾ ਕਿੱਥੇ ਜੇ ਰਹਿ ਗਿਆ, ਮੈਂ ਚੋਰ ਅੱਖ ਦੇ ਨਾਲ ਇਉਂ ਦੇਖਿਆ ਉਹ ਨਿਕਲ ਗਿਆ ਤੇ ਛੂ ਕਰਕੇ ਉਹ ਅੱਗੇ ਨਿਕਲ ਗਿਆ। ਇਹ 1-2 ਸੈਕਿੰਡਾਂ ਨੇ ਮੈਨੂੰ ਹਰਾਤਾ। ਇਹੋ ਜਿਹੀਆਂ ਚੀਜ਼ਾਂ ਮੇਰਾ ਖਿਆਲ ਆ ਵੀ ਸਿੱਖਣ ਦੀ ਲੋੜ ਆ ਸਾਰਿਆਂ ਨੂੰ। ਬਹੁਤ ਵੱਡੀ ਗੱਲ ਹੈ ਜੀ, ਬਹੁਤ ਵੱਡੀ ਗੱਲ ਹੈ। ਤੁਸੀਂ ਫਿਰ ਕਿੰਨਾ ਕੁ ਸੁਣਦੇ ਹੋ, ਕਿਹਨੂੰ ਸੁਣਦੇ ਹੋ? ਦੇਖੋ ਇੱਕ ਤਾਂ ਇਹ ਆ ਵੀ ਤੁਹਾਡੇ ਪਰਿਵਾਰ ਦੇ ਵਿੱਚ ਖਾਨਦਾਨ ਦੇ ਵਿੱਚ ਹੀ ਬੜੇ ਵੱਡੇ ਵੱਡੇ ਨਾਂ, ਉੱਦਾਂ ਵੈਸੇ ਤੁਹਾਡਾ ਨਿਸ਼ਾਨਾ ਕਿੱਥੋਂ ਤੱਕ ਪਹੁੰਚਣਾ ਇਹਨਾਂ ਨੇ ਤਾਂ ਦੱਸਤਾ, ਅਤੇ ਤੁਸੀਂ ਕਿਹਨੂੰ ਆਪਣਾ ਮਾਰਗਦਰਸ਼ਕ ਮੰਨਦੇ ਹੋ, ਜਿਹਨੂੰ ਰੋਲ ਮਾਡਲ ਕਹਿੰਦੇ ਆ? ਮੈਂ ਜੀ ਜ਼ਿਆਦਾ ਆਪਣੇ ਸੁਣਦੇ ਜੀ ਉਸਤਾਦ ਨੁਸਰਤ ਫਤਿਹ ਅਲੀ ਖਾਨ, ਵਾਹ ਵਾਹ ਅਤੇ ਅਰਜੀਤ ਸਿੰਘ, ਅਤੇ ਜ਼ਿਆਦਾ ਪਹਿਲੀ ਗੱਲ ਤਾਂ ਫੈਮਲੀ 'ਚੋਂ ਹੀ ਜਿੱਦਾਂ ਤੁਸੀਂ ਕਿਹਾ, ਫਿਰ ਮੈਂ ਭਾਅ ਜੀ ਨੂੰ ਬਹੁਤ ਜ਼ਿਆਦਾ ਸੁਣਦਾ ਜੀ। ਅੱਛਾ, ਭਾਅ ਜੀ ਦੇ ਸੁਣ ਮੈਂ ਪਹਿਲਾਂ ਵੀ ਦੱਸਿਆ ਵੀ ਜਦੋਂ ਮੈਂ 4th-5th ਦੇ ਵਿੱਚ ਸੀਗਾ ਉਦੋਂ ਤੇ ਮੈਂ ਭਾਜੀ ਨੂੰ ਸੁਣਦਾ ਆ ਰਿਹਾ ਜੀ, ਤੇ ਯੂਟਿਊਬ ਤੋਂ ਵੀਡੀਓਜ਼ ਕੱਢਦੀਆਂ ਜਿੱਦਾਂ ਸਾਰੇ ਗਾਂ ਵਾਲੀਆਂ, ਉਹਦੇ 'ਚੋਂ ਜੋ ਜੋ ਇਹਨਾਂ ਨੇ ਗਾਇਆ ਉਹ ਗਾਣੇ ਚੰਗੀ ਤਰ੍ਹਾਂ ਤਿਆਰ ਕੀਤੇ ਨੇ ਮੈਂ ਸਾਰੇ, ਅਤੇ
ਵਧੀਆ ਇੱਕ ਇਹਨਾਂ ਨੂੰ ਫੋਲੋ ਕਰਦੇ ਜ਼ਿਆਦਾ ਮੈਂ ਵਾਹ ਇਹ ਨਾ ਮੈਨੂੰ ਬੜੀ ਚੰਗੀ ਗੱਲ ਲੱਗੀ ਕਿਉਂਕਿ ਆਮ ਤੌਰ 'ਤੇ ਜਦੋਂ ਆਪਾਂ ਘਰੇਲੂ ਮਾਹੌਲ ਦੀ ਗੱਲ ਕਰਦੇ ਹਾਂ ਨਾ ਅਤੇ ਕੋਈ ਵੀ ਇੱਕ ਕੰਮ ਜਿਹੜਾ ਕਿਸੇ ਵੱਡੇ ਨੂੰ ਆਉਂਦਾ ਹੋਵੇ ਤਾਂ ਛੋਟਾ ਉਹਦੇ ਤੋਂ ਸਿੱਖਦਾ ਨਹੀਂ ਹੈ ਉਹ ਕਹਿੰਦਾ ਵੀ ਮੈਂ ਨਹੀਂ ਮੈਨੂੰ ਬਾਹਰੋਂ ਕਿਤੋਂ ਸਿਖਾ ਦਿਉ ਮੈਂ ਇਹਦੇ ਤੋਂ ਨਹੀਂ ਸਿੱਖ ਸਕਦਾ ਜਾਂ ਉਹ ਲੜ ਪੈਂਦੇ ਨੇ ਆਪਸ 'ਚ ਹੈ ਨਾ ਜਾਂ ਉਹ ਕਹਿ ਦਿੰਦੇ ਨੇ ਵੀ ਨਹੀਂ ਤੂੰ ਥੋੜ੍ਹੀ ਮੈਨੂੰ ਸਿਖਾਏਂਗਾ ਹੁਣ ਮੈਂ ਬਾਹਰੋਂ ਜਾ ਕੇ ਸਿੱਖੂੰਗਾ ਹੈ ਨਾ ਪਰ ਤੁਸੀਂ ਜਿਹੜੀ ਗੱਲ ਕੀਤੀ ਇਹ ਨਾ ਇਹਨਾਂ ਦੀਆਂ ਗੱਲਾਂ ਬਾਤਾਂ 'ਚ ਇਹਨਾਂ ਦੇ ਲਹਿਜ਼ੇ 'ਚ ਉਹ ਜਿਹੜਾ ਇੱਕ ਆਗਿਆਕਾਰੀ ਭਰਾ ਹੁੰਦਾ ਛੋਟਾ ਬੱਚਿਆਂ ਦੀ ਤਰ੍ਹਾਂ ਹੈ ਨਾ ਉਹ ਸਾਰਾ ਕੁਛ ਝਲਕਦਾ ਪਿਆ ਅਤੇ ਇਹ ਬਹੁਤ ਸੋਹਣੀ ਗੱਲ ਹੈ ਕਿ ਤੁਸੀਂ ਆਪਣੇ ਵੱਡੇ ਭਰਾ ਤੋਂ ਸਿੱਖ ਰਹੇ ਹੋ ਕਿਉਂਕਿ ਜੇ ਘਰ ਦੇ ਵਿੱਚੋਂ ਹੀ ਇੰਨੀ ਚੰਗੀ ਸ਼ੁਰੂਆਤ ਹੋ ਜਾਵੇ ਤਾਂ ਅੱਗੇ ਤਾਂ ਸਾਰਾ ਕੁਛ ਹੀ ਆਪਣੇ ਆਪ ਹੀ ਬਹੁਤ ਵਧੀਆ ਮੇਰਾ ਨਾ ਦਿਲ ਇਹ ਕਰਦਾ ਵੀ ਇੱਕ ਗਾਣਾ ਤੁਹਾਡੇ ਇਕੱਲਿਆਂ ਤੋਂ ਸੁਣੀਏ ਜਿਹੜਾ ਕੋਈ ਤੁਸੀਂ ਇਹਨਾਂ ਦਾ ਸੁਣ ਕੇ ਤਿਆਰ ਕੀਤਾ ਹੋਵੇ ਜਾਂ ਜਿਹੜਾ ਤੁਸੀਂ ਵੌਇਸ ਆਫ ਪੰਜਾਬ ਦੇ ਵਿੱਚ ਗਾਉਂਦੇ ਰਹੇ ਹਾਂਜੀ ਜਾਂ ਜਿਹੜਾ ਹੁਣ ਵੀ ਤਿਆਰ ਕੀਤਾ ਹੋਵੇ ਜਾਂ ਅਕਸਰ ਗੁਣਗੁਣਾਉਂਦੇ ਹੋਵੋ ਹੋ ਪਰਦੇਸ ਗਿਓ ਪਰਦੇਸੀ ਹੋਇਆ ਵੇ ਤੇ ਤੇਰੀਆਂ ਨਿਤ ਵਤਨਾਂ ਤੇ ਲੋੜਾਂ ਕਮਲੀ ਕਰਕੇ ਛੱਡ ਗਿਓ ਰਾਂ ਜਾ ਤੇ ਬੈਠੀ ਕੱਖ ਗਲੀਆਂ ਦੇ ਫੋੜਾਂ ਵੇ ਤੇਰੇ ਬਿਨਾਂ ਰੋਗੀ ਹੋਏ ਪਿਆਸੇ ਨੇ ਤੇਰੇ ਬਿਨਾਂ ਰੋਗੀ ਹੋਏ ਪਿਆਸੇ ਨੇ ਰੋਵਾਂ ਤੇ ਲਾਵਾਂ ਤੇਰਾ ਨਾਂ ਮੇਰੇ ਸਜਣ ਕਿੱਥੇ ਜਾਵਾਂ ਆਵੇ ਨਾ ਮੈਨੂੰ ਕਿਤੇ ਚੈਨ ਤੇਰੇ ਬਿਨਾਂ ਰੋਗੀ ਹੋਏ ਪਿਆਸੇ ਨੇ ਵਾਹ ਵਾਹ ਬਹੁਤ ਸੋਹਣਾ ਬਹੁਤ ਕਮਾਲ ਦੀ ਗੱਲ ਆ ਛੋਟੇ ਹੋ ਤਿੱਖੇ ਹੋ ਗਾਇਕੀ 'ਚ ਬਹੁਤ ਚੰਗਾ ਲੱਗ ਰਿਹਾ ਗੱਲਬਾਤ ਕਰਕੇ ਪਰ ਨਾ ਜਿਹੜੀਆਂ ਇਹ ਗੱਲਾਂ ਨੇ ਕਿਉਂਕਿ ਨਾ ਨਵੇਂ ਪੂਰ ਦੇ ਮੁੰਡੇ ਸੁਰੀਲੇ ਲੱਭਦੇ ਕਿੱਥੇ ਆ ਤੇ ਜਦੋਂ ਲੱਭ ਜਾਣ ਤੇ ਫਿਰ ਅਸੀਂ ਇੱਕ ਕਿਸ਼ਤ ਨਹੀਂ ਅਸੀਂ ਦੋ ਕਰ ਲੈਂਦੇ ਹਾਂ ਅੱਜ ਤਾਂ ਸਾਨੂੰ ਹੀਰੇ ਹੀ ਲੱਭੇ ਨੇ ਵਾਕਈ ਤੇ ਆਪਾਂ ਗੱਲਬਾਤ ਨਾ ਇਵੇਂ ਰੱਖਾਂਗੇ ਇਹਨਾਂ ਹੀ ਲੀੜਿਆਂ ਦੇ ਵਿੱਚ ਇੱਥੇ ਹੀ ਬਹਿ ਕੇ ਕੱਲ ਨੂੰ ਫੇਰ ਮਿਲਦੇ ਆ ਜੀ ਤੇ ਜਿਵੇਂ ਤੁਸੀਂ ਸਮਾਪਤੀ ਕਰਦੇ ਹੁੰਦੇ ਹੋ ਲਗਾਤਾਰ ਤਾਂ ਬਰਕਰਾਰ ਹੈ ਉਹ ਤੁਸੀਂ ਕਰੋ ਤੇ ਆਪਾਂ ਹੁਣ ਚਲੀਏ ਜੀ ਸੋ ਸਾਨੂੰ ਹੁਣ ਪ੍ਰੋਗਰਾਮ ਸਮੇਟਣਾ ਪਏਗਾ ਪਰ ਤੁਸੀਂ ਆਪਣੀ ਪ੍ਰਤੀਕਿਰਿਆ ਸਾਡੇ ਤੱਕ ਜ਼ਰੂਰ ਪਹੁੰਚਾਇਓ ਵਟਸਐਪ ਦੇ ਜ਼ਰੀਏ ਫੇਸਬੁੱਕ ਦੇ ਜ਼ਰੀਏ ਜਾਂ ਫਿਰ ਯੂਟਿਊਬ ਤੇ ਜਾ ਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਫਿਲਹਾਲ ਦੇ ਲਈ ਸਾਨੂੰ ਸਾਰਿਆਂ ਦੀ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਜੱਜ ਦਾ ਵਿਚਾਰ ਹੁਣ ਹਰ ਰੋਜ਼ ਆਪਣੇ ਫੇਵਰਿਟ ਸ਼ੋਅ ਦੇਖਣ ਲਈ ਹੋਵੇਗੀ ਭੱਜ ਨੱਠ ਕਿਉਂਕਿ ਬ੍ਰਿਟ ਏਸ਼ੀਆ ਤੇ ਪ੍ਰਾਈਮ ਏਸ਼ੀਆ ਨੇ ਮਿਲਾ ਲਏ ਨੇ ਹੱਥ ਹਰ ਰੋਜ਼ ਦੇਖੋ ਪ੍ਰਾਈਮ ਏਸ਼ੀਆ ਟੀਵੀ ਦੇ ਹਿੱਟ ਸ਼ੋਅਜ਼ ਹੁਣ ਬ੍ਰਿਟ ਏਸ਼ੀਆ ਟੀਵੀ ਤੇ ਦੇਸ਼ ਦੁਨੀਆ ਦੀਆਂ ਖਬਰਾਂ ਲਈ ਪ੍ਰਾਈਮ ਨਿਊਜ਼ ਸਵੇਰੇ 7 ਵਜੇ ਪ੍ਰਾਈਮ ਵੁਮਨ ਬੇਸਡ ਔਨ ਵੁਮਨਸ ਇਸ਼ੂਜ਼ ਸਵੇਰੇ 7:30 ਵਜੇ ਕਲਚਰਲ ਸ਼ੋਅ ਵਿਦ 뮤직 ਪ੍ਰਾਈਮ ਜ਼ਿੰਦਗੀ ਸਵੇਰੇ 8 ਵਜੇ ਰਿਲੀਜੀਅਸ ਇਸ਼ੂਜ਼ ਲਈ ਪ੍ਰਾਈਮ ਚਰਚਾ ਤੇ ਐਂਟਰਟੇਨਮੈਂਟ ਲਈ ਪ੍ਰਾਈਮ ਟਾਈਮ ਸਵੇਰੇ 9 ਵਜੇ ਬੇਸਡ ਔਨ ਡੇਲੀ ਕਰੰਟ ਪੋਲੀਟੀਕਲ ਇਸ਼ੂਜ਼ ਪ੍ਰਾਈਮ ਫੋਕਸ ਸ਼ਾਮ 5 ਵਜੇ ਜੱਜ ਦਾ ਵਿਚਾਰ ਮਿਊਜ਼ੀਕਲ ਕਾਮੇਡੀ ਸ਼ੋਅ ਐਂਡ ਇੰਟਰਵਿਊਜ਼ ਵਿਦ ਪੰਜਾਬੀ ਸਟਾਰਸ ਸ਼ਾਮ 6 ਵਜੇ ਬੇਤੜਕ ਤੇ ਪੱਖਪਾਤ ਰਹਿਤ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਦਾ ਸ਼ੋਅ ਪ੍ਰਾਈਮ ਡਿਸਕਸ਼ਨ ਦੇਖੋ ਸ਼ਾਮ 7 ਵਜੇ ਤੇ ਕੀ ਰਿਹਾ ਅਖਬਾਰਾਂ ਦੀਆਂ ਸੁਰਖੀਆਂ 'ਚ ਦੱਸਣਗੇ ਸਵਰਨ ਟੈਣਾ ਖਬਰ ਦੀ ਖਬਰ ਸ਼ਾਮ 7:30 ਵਜੇ ਸੋ 50 ਦੇ ਕਰੀਬ ਦੇਸ਼ਾਂ 'ਚ ਵਸਦੇ ਪੰਜਾਬੀਆਂ ਦੇ ਟੀਵੀ ਸੈੱਟਸ ਤੇ ਸਕਾਈ ਟੀਵੀ ਚੈਨਲ 743 ਵਰਜਨ ਟੀਵੀ ਚੈਨਲ 840 ਫ੍ਰੀ ਵਿਊ ਚੈਨਲ ਨੰਬਰ 264 ਤੇ ਬ੍ਰਿਟ ਏਸ਼ੀਆ ਟੀਵੀ ਹੈ ਜਿੱਥੇ ਪ੍ਰਾਈਮ ਏਸ਼ੀਆ ਟੀਵੀ ਹੈ ਉੱਥੇ